ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਛਵੀ ਤੁਹਾਡੇ ਸਭ ਦਾ ਸਵਾਗਤ ਕਰਾਂਗੀ ਇਸ ਸ਼ੋਅ ਦੇ ਵਿੱਚ, ਜਿਸ ਦਾ ਨਾਮ ਹੈ ਇਮੀਗ੍ਰੇਸ਼ਨ ਅਪਡੇਟਸ। ਤੇ ਇੱਕ ਵਾਰ ਫਿਰ ਤੋਂ ਅਸੀਂ ਹਾਜ਼ਰ ਹਾਂ ਕਰੀਅਰ ਓਵਰਸੀਜ਼ ਦੇ MD ਤੇ ਵੀਜ਼ਾ ਐਕਸਪਰਟ ਮਿਸਟਰ ਨੀਰਜ ਕੁਮਾਰ ਦੇ ਨਾਲ। ਜੀ ਨੀਰਜ ਜੀ, ਸਭ ਤੋਂ ਪਹਿਲਾਂ ਸ਼ੋਅ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੀ ਨੀਰਜ ਜੀ, ਅਸੀਂ ਆਪਣੇ ਲਾਸਟ ਐਪੀਸੋਡਸ ਵਿੱਚ ਸਿੰਗਾਪੁਰ, ਪੋਲੈਂਡ, US ਬਾਰੇ ਦਰਸ਼ਕਾਂ ਨੂੰ ਕਾਫੀ ਜ਼ਿਆਦਾ ਜਾਣਕਾਰੀ ਦਿੱਤੀ ਸੀ ਕੰਸਲਟੈਂਸੀ ਸ਼ੋਅ ਦੇ ਰਾਹੀਂ ਦਿੱਤੀ ਹੈ, ਤੇ ਕਾਫੀ ਜ਼ਿਆਦਾ ਇਨਫੋਰਮੇਸ਼ਨ ਦਰਸ਼ਕਾਂ ਨੂੰ ਪਸੰਦ ਵੀ ਆਈ। ਸਾਡੇ ਫੇਸਬੁੱਕ ਤੇ ਇਮੀਗ੍ਰੇਸ਼ਨ ਅਪਡੇਟਸ ਤੇ ਵੀ ਕਾਫੀ ਜ਼ਿਆਦਾ ਕਿਊਰੀਜ਼ ਜਿਹੜੀਆਂ ਹੈਗੀਆਂ ਸੀ ਸਟੂਡੈਂਟਸ ਦੀਆਂ ਆਈਆਂ, ਉਹਨਾਂ ਨੂੰ ਕਾਫੀ ਜ਼ਿਆਦਾ ਸ਼ੋਅਜ਼ ਵੀ ਜਿਹੜਾ ਪਸੰਦ ਆ, ਫੀਡਬੈਕਸ ਅੱਛੀਆਂ ਰਹੀਆਂ। ਸੋ ਇੱਕ ਵਾਰ ਫਿਰ ਤੋਂ ਇਸ ਸ਼ੋਅ ਦੇ ਵਿੱਚ ਮੈਂ ਸਿੰਗਾਪੁਰ ਤੇ ਪੋਲੈਂਡ ਨੂੰ ਦੁਬਾਰਾ ਤੋਂ ਜਿਹੜਾ ਥੋੜਾ ਹਾਈਲਾਈਟ ਕਰਨਾ ਚਾਹਾਂਗੀ, ਕਿਉਂਕਿ ਇਹਨਾਂ ਨੂੰ ਲੈ ਕੇ ਜਿਹੜੇ ਸਟੂਡੈਂਟਸ ਨੇ ਵਾਕਈ ਕਾਫੀ ਕੁਝ ਜਾਣਨਾ ਚਾਹੁੰਦੇ ਨੇ। ਜੇ ਅਸੀਂ ਇਹਨਾਂ ਸਭ ਤੋਂ ਪਹਿਲਾਂ ਸਿੰਗਾਪੁਰ ਦੀ ਗੱਲ ਕਰਦੇ ਹਾਂ, ਨੀਰਜ ਜੀ, ਕਿਸ ਤਰ੍ਹਾਂ ਦੇ ਸਟੂਡੈਂਟ ਨੂੰ ਸਿੰਗਾਪੁਰ ਜਾਣਾ ਚਾਹੀਦਾ, ਜਦਕਿ ਹੁਣ ਜਿਹੜੀਆਂ ਆਪਸ਼ਨਸ ਹੈਗੀਆਂ ਨੇ ਸਿੰਗਾਪੁਰ ਦੇ ਮੁਕਾਬਲੇ ਕੰਪੈਰੇਟਿਵਲੀ ਜਾਂ ਇਹਦੇ ਨਾਲ ਦੀਆਂ ਹੋਰ ਵੀ ਨੇ, ਯਾਨੀ ਕਿ ਸਾਈਪ੍ਰਸ ਵੀ ਹੈ, ਪੋਲੈਂਡ ਵੀ ਹੈ। ਸੋ ਕਿਸ ਤਰ੍ਹਾਂ ਦੇ ਸਟੂਡੈਂਟਸ ਨੂੰ ਫਿਲਹਾਲ ਹੁਣ ਸਿੰਗਾਪੁਰ ਚੂਜ਼ ਕਰਨਾ ਚਾਹੀਦਾ? ਇਹ ਜੀ, ਮੈਂ ਪਹਿਲੇ ਜਿਹੜਾ ਪਿਛਲਾ ਪ੍ਰੋਗਰਾਮ ਕੀਤਾ ਸੀਗਾ, ਬਹੁਤ ਅੱਛਾ ਰਿਸਪੌਂਸ ਰਿਹਾ ਉਹਦਾ ਵੀ। ਸਿੰਗਾਪੁਰ ਦਾ ਜਿਹੜਾ, ਯਾਨੀ ਆਪਾਂ ਇਹ ਲਾ ਲਈਏ ਵੀ ਜਿਹੜੇ ਬਿਲਕੁਲ ਹੀ ਘੱਟ ਪੜ੍ਹੇ ਲਿਖੇ ਲੋਕ ਨੇ, ਬੱਚੇ ਨੇ, ਗੈਪ ਜ਼ਿਆਦਾ ਹੈਗਾ, ਯਾਨੀ ਉਹ ਸਿੰਗਾਪੁਰ ਜਾਣ, ਕਿਉਂ ਜਾਣ, ਕਿਸ ਵਾਸਤੇ ਜਾਣ, ਔਰ ਸਟੱਡੀ ਵੀਜ਼ਾ ਹੈਗਾ ਇਹ, ਔਰ ਸਾਡਾ ਪੈਕੇਜ ਬੜਾ ਵਧੀਆ ਵੀ ਹੈ, ਸਸਤਾ ਵੀ ਹੈ, ਔਰ 100% ਸਿਕਿਓਰ ਹੈ, ਤੁਹਾਡਾ ਕੋਈ ਪੈਸਾ ਖਰਾਬ ਨਹੀਂ ਹੁੰਦਾ। ਇਹਦੇ ਵਿੱਚ ਸਿੰਗਾਪੁਰ ਕਿਉਂ ਜਾਇਆ ਜਾਵੇ? ਜਿਹੜੇ ਬੱਚੇ ਅੱਜ 5-10 ਹਜ਼ਾਰ ਰੁਪਏ ਦੀ ਜੋਬ ਕਰ ਰਹੇ ਨੇ, 15 ਹਜ਼ਾਰ ਦੀ ਜੋਬ ਕਰ ਰਹੇ ਨੇ, ਚਾਹੇ ਮੀਆਂ ਬੀਬੀ ਨੇ, 25-30 ਹਜ਼ਾਰ ਰੁਪਏ ਤੋਂ ਜ਼ਿਆਦਾ ਨਹੀਂ ਕਮਾ ਪਾ ਰਹੇ, ਅਤੇ ਉਹਨਾਂ ਨੂੰ ਸਿੰਗਾਪੁਰ ਸਟੱਡੀ ਵੀਜ਼ਾ ਵਾਸਤੇ ਜਾਣਾ ਚਾਹੀਦਾ। ਹੁਣ ਤੁਸੀਂ ਕਹੋਗੇ ਵੀ ਜੀ, ਸਾਡੀ ਤਾਂ ਪੜ੍ਹਾਈ ਨੂੰ ਹੀ 10 ਸਾਲ ਹੋ ਗਏ, 12 ਸਾਲ ਹੋ ਗਏ, 15 ਸਾਲ ਹੋ ਗਏ, ਅਸੀਂ ਕੀ ਕਰਾਂਗੇ ਉੱਥੇ ਜਾ ਕੇ? ਉੱਥੇ ਜਿਹੜੀ ਸਟੱਡੀ ਹੈਗੀ ਉਹ ਸਿਰਫ ਅਤੇ ਸਿਰਫ ਅਸੀਂ ਹੋਟਲ ਮੈਨੇਜਮੈਂਟ ਜਾਂ ਬਿਜ਼ਨਸ ਮੈਨੇਜਮੈਂਟ ਦੀ ਜਾਂ ਟਰੈਵਲ ਐਂਡ ਟੂਰਿਜ਼ਮ ਦੀ ਦਿੰਦੇ ਹਾਂ, ਕਿਉਂਕਿ ਜਿਹੜੀ ਉਸ ਇੰਡਸਟਰੀ ਦੀ ਵੀ ਬੈਕਬੋਨ ਹੈਗੀ ਹੈ ਉਹ ਸਾਰੀ ਟਰੈਵਲ ਐਂਡ ਟੂਰਿਜ਼ਮ ਹੈ। ਹਰ ਕੰਟਰੀ ਦਾ ਬੰਦਾ ਉੱਥੇ ਬਿਜ਼ਨਸ ਕਰਨ, ਘੁੰਮਣ ਫਿਰਨ ਆਉਂਦਾ, ਔਰ ਉੱਥੋਂ ਦਾ ਜਿਹੜਾ ਸਰਟੀਫਿਕੇਟ ਹੈ ਜਾਂ ਡਿਗਰੀ ਹੈ ਉਹ ਵਰਲਡ ਰਿਨੌਨ ਡਿਗਰੀ ਹੈ, ਵਰਲਡ ਰਿਨੌਨ ਡਿਪਲੋਮਾ ਹੈ। ਬੱਚਿਆਂ ਨੂੰ ਉਦੋਂ ਤਾਂ ਦਿੱਤਾ ਜਾਂਦਾ ਹੈਗਾ ਉਹ ਪੜ੍ਹਨ, ਪ੍ਰੋਫੈਸ਼ਨਲ ਡਿਪਲੋਮਾ ਲੈਣ, ਅਤੇ ਉਹਦੇ ਹੀ ਬੇਸ 'ਤੇ ਹੋਟਲ ਵਿੱਚ ਕਾਲਜ ਕੰਮ ਲਗਵਾ ਕੇ ਦਿੰਦਾ ਹੈ। ਬਟ ਉਹਨਾਂ ਨੂੰ ਤਨਖਾਹ ਜ਼ਿਆਦਾ ਮਿਲਦੀ ਹੈ ਜਿਨ੍ਹਾਂ ਦੀ ਇੰਗਲਿਸ਼ ਚੰਗੀ ਹੋਵੇ, ਕਮਿਊਨੀਕੇਸ਼ਨ ਲੈਵਲ ਚੰਗਾ ਹੋਵੇ, ਉਹ ਸਟੱਡੀ ਵੀਜ਼ਾ ਵਾਸਤੇ ਸਿੰਗਾਪੁਰ ਜਾਣ, ਉਹਨਾਂ ਦਾ ਫਿਊਚਰ ਬਣ ਸਕਦਾ, ਅੱਗੇ ਵੀ ਨਿਕਲਣਾ ਚਾਹਣ। ਜਾਂ ਕਈ ਬੱਚਿਆਂ ਦੀ ਰਿਜੈਕਸ਼ਨ ਹੈ, ਗੈਪ ਜ਼ਿਆਦਾ ਹੈਗਾ, ਔਰ ਸਿੰਗਾਪੁਰ ਸਟੱਡੀ ਵੀਜ਼ਾ ਵਾਸਤੇ ਜਾਣਾ ਚਾਹੁੰਦੇ ਨੇ, ਔਰ ਡਰਦੇ ਨੇ ਵੀ ਮੈਂ ਪਹਿਲੇ ਪੈਸੇ ਨਾ ਲਾਵਾਂ, ਸਿਕਿਓਰ ਜਾਵਾਂ, ਪੈਸੇ ਨਾ ਖਰਾਬ ਹੋਣ, ਰਿਫਿਊਜ਼ਲ ਨਾ ਆਵੇ, ਅਤੇ ਕਰੀਅਰ ਓਵਰਸੀਜ਼ ਦੇ ਚੰਡੀਗੜ੍ਹ, ਖੰਨਾ, ਲੁਧਿਆਣਾ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਨੇ, ਸਾਡੇ ਫੇਸਬੁੱਕ ਨੂੰ ਵੀ ਲਾਈਕ ਕਰ ਸਕਦੇ ਨੇ ਪੇਜ ਨੂੰ, ਔਰ ਸਾਡੇ ਵਟਸਐਪ ਨੰਬਰ 'ਤੇ ਵੀ ਮੈਸੇਜ ਕਰ ਸਕਦੇ ਨੇ। ਇਹ ਮੇਰਾ ਸ਼ੋਅ ਆਏ ਸ਼ਨੀ ਐਤਵਾਰ, ਸ਼ਨੀ ਅਤੇ ਐਤਵਾਰ 5:30 ਵਜੇ ਸ਼ਾਮੀ ਆਉਂਦਾ, ਹੋਰਾਂ ਨੂੰ ਵੀ ਦੱਸਿਆ ਕਰੋ। ਕਿਸੇ ਕੰਟਰੀ ਬਾਰੇ ਵੀ ਟੂਰਿਸਟ ਵੀਜ਼ਾ, ਸਟੱਡੀ ਵੀਜ਼ਾ ਲੈਣਾ ਹੈ ਅਤੇ ਅਸੀਂ ਹਰ ਚੀਜ਼ ਦੀ ਮਦਦ ਕਰਦੇ ਹੈਗੇ ਹਾਂ, ਬਟ ਸਬਜੈਕਟ ਟੂ 10 ਫਾਈਲਾਂ 'ਚੋਂ ਸਿਰਫ 5 ਜਾਂ 6 ਫਾਈਲਾਂ ਲੈਣੀਆਂ ਜਿਨ੍ਹਾਂ ਦੇ ਵੀਜ਼ੇ ਆਉਣੇ ਹੈ, ਬਾਕੀਆਂ ਨੂੰ ਅਸੀਂ ਮਨ੍ਹਾ ਕਰ ਦੇਣਾ ਹੈ। ਇਸ ਕਰਕੇ ਸਿੰਗਾਪੁਰ ਸਟੱਡੀ ਵੀਜ਼ਾ ਵਾਸਤੇ ਮੇਰਾ 5-7 ਮਿੰਟ ਹੋਰ ਰਹਿਣਗੇ, ਜੇ ਕੁਛ ਵੀ ਪੁੱਛਣਾ ਹੈ ਸਾਡਾ ਨੰਬਰ ਸੇਵ ਕਰਕੇ ਸਾਨੂੰ ਬਾਅਦ 'ਚ ਫੋਨ ਕਰੋਗੇ ਅਤੇ ਸਾਨੂੰ ਖੁਸ਼ੀ ਹੋਏਗੀ ਤੁਹਾਡੀ ਹੈਲਪ ਕਰਨ ਵਾਸਤੇ। ਜੀ, ਇਸ ਦੇ ਨਾਲ ਹੀ ਨੀਰਜ ਜੀ, ਹੋਰ ਸਵਾਲ ਮੈਂ ਪੁੱਛਣਾ ਚਾਹੂੰਗੀ, ਸਿੰਗਾਪੁਰ ਦੇ ਵਿੱਚ ਜਿਹੜੇ ਕੋਰਸਿਸ ਚੱਲਦੇ ਨੇ, 3-6 ਚੱਲਦੇ ਨੇ, 9+ ਜਿਹੜੇ ਹੈਗੇ ਨੇ 3 ਚੱਲਦੇ ਨੇ, ਅਤੇ ਇਹ ਕੋਰਸਿਸ ਜਿਹੜੇ ਇਹਨਾਂ ਦੀ ਡੂਰੇਸ਼ਨਸ ਹੈਗੀਆਂ ਨੇ, ਕਿਸ ਤਰ੍ਹਾਂ ਦੇ ਸਟੂਡੈਂਟਸ ਨੂੰ ਕਿਸ ਤਰ੍ਹਾਂ ਦੇ ਕੋਰਸਿਸ ਹੈ ਜਿਹੜੇ ਡੂਰੇਸ਼ਨਸ ਹੈ ਉਹ ਆਫਰ ਕੀਤੀਆਂ ਜਾਂਦੀਆਂ? ਕਿਉਂਕਿ ਬੜੀ ਜਾਇਜ਼ ਜਿਹੀ ਗੱਲ ਹੈ, ਜਿਹੜਾ ਵੀ ਸਟੂਡੈਂਟ ਬਾਹਰ ਪੜ੍ਹਨ ਜਾਣਾ ਚਾਹੇਗਾ, ਕੋਈ ਵੀ ਨਹੀਂ ਚਾਹੇਗਾ ਜੀ ਮੈਂ ਲੰਬੀ ਡੂਰੇਸ਼ਨ ਵਾਸਤੇ ਪੜ੍ਹਾਂ, ਉਹ ਸਾਰੇ ਸਟੂਡੈਂਟਸ ਚਾਹਣਗੇ ਕਿ ਬਈ ਅਸੀਂ ਛੇਤੀ ਆਪਣੀ ਪੜ੍ਹਾਈ ਖਤਮ ਕਰੀਏ ਅਤੇ ਛੇਤੀ ਸਾਨੂੰ OJT ਮਿਲੇ, ਲੇਕਿਨ ਸਟਿਲ ਕੋਈ ਕ੍ਰਾਈਟੀਰੀਆ ਹੈ ਕੋਰਸਿਸ ਨੂੰ ਚੂਜ਼ ਕਰਨ ਦੇ ਲਈ? ਇਹਦੇ ਵਿੱਚ ਜੀ ਮੈਂ ਪਹਿਲੇ ਇੱਕ ਗੱਲ ਦੱਸਦਾ ਹੈਗਾ, ਜਿਹੜੇ ਕੋਰਸਿਸ ਮੈਂ ਦੱਸ ਕੇ ਹਟਿਆ, ਕਿਉਂਕਿ ਸਾਨੂੰ ਵੀ ਇਹ ਪਤਾ ਹੈ ਵੀ ਅੱਜ ਸਟੂਡੈਂਟਸ ਦਾ ਜਾਂ ਕਿਸੇ ਵੀ ਬੱਚੇ ਦਾ 5-7 ਸਾਲ ਦਾ ਗੈਪ ਹੋ ਜਾਵੇ ਨਾ, ਅਤੇ ਉਹਨੂੰ ਪੜ੍ਹਾਈ ਤਾਂ ਸਮਝ ਹੀ ਨਹੀਂ ਆਉਂਦੀ, ਔਰ ਕੁਛ ਉਹ ਸਮਝਣਾ ਨਹੀਂ ਚਾਹੁੰਦਾ, ਕੁਛ ਸੰਗਤੀ ਐਵੇਂ ਦੀ ਹੋ ਜਾਂਦੀ ਹੈ, ਕੁਛ ਹਾਲਾਤ ਐਵੇਂ ਦੇ ਹੋ ਜਾਂਦੇ ਨੇ, ਉਹ ਪੜ੍ਹਨਾ ਚਾਹੁੰਦਾ ਹੀ ਨਹੀਂ। ਬਟ ਇਹ ਨਹੀਂ ਪਤਾ, ਆ ਜਿਹੜੇ ਵਰਕ ਪਰਮਿਟਾਂ ਦੇ ਚੱਕਰਾਂ ਦੇ ਵਿੱਚ ਅਸੀਂ ਪੈ ਜਾਂਦੇ ਹਾਂ, ਪੈਸਾ ਖਰਾਬ ਕਰਦੇ ਹਾਂ, ਫਰੋਡ ਹੁੰਦਾ ਤੁਹਾਡੇ ਨਾਲ, ਉਸ ਤੋਂ ਤਾਂ ਚੰਗਾ ਵੀ ਤੁਸੀਂ ਕਿਸੇ ਕੰਟਰੀ ਦਾ ਰਾਹ ਫੜ ਲਓ। ਪੜ੍ਹਾਈ ਦਾ ਤਾਂ ਇੱਕ ਬਹਾਨਾ ਹੈ, ਪੜ੍ਹਾਈ ਗਏ 30% ਪੱਲੇ ਪੈ ਰਹੀ ਹੈ, 40% ਪੱਲੇ ਪੈ ਰਹੀ ਹੈ, ਬਟ ਇਹ ਮਨ ਬਣਾ ਕੇ ਜਾਓ ਬਈ ਯਾਰ ਮੈਨੂੰ ਜੇ ਕੰਟਰੀ ਐਂਟਰੀ ਦੇ ਰਹੀ ਹੈ ਨਾ 1 ਸਾਲ ਜਾਂ 2 ਸਾਲ ਦੀ, ਤਾਂ ਮੈਂ ਪੜ੍ਹਾਈ ਦੇ ਵਿੱਚ ਥੋੜ੍ਹਾ ਬਹੁਤਾ ਮੂੰਹ ਮਾਰਨਾ ਪੈਣਾ, ਮਤਲਬ ਪੜ੍ਹਨਾ ਪੈਣਾ। ਜਿਹੜੇ ਬੱਚਿਆਂ ਦੇ ਹਾਲਾਤ ਖਰਾਬ ਨੇ, ਸੈਲਰੀਆਂ ਘੱਟ ਨੇ, ਘਰ 'ਚ ਮਾਹੌਲ ਖਰਾਬ ਹੈ, ਛੋਟੀ ਮੋਟੀ ਜੋਬ ਕਰ ਰਹੇ ਨੇ, ਪੜ੍ਹਤਾ ਨਹੀਂ ਪੈਂਦਾ, ਵਾਈਫ ਨੇ ਵੀ ਜਾਣਾ,
ਇਕੱਠੇ ਜਾਣਾ ਚਾਹੁੰਦੇ ਨੇ, ਘੱਟ ਪੈਸਿਆਂ ਜਾਣਾ ਚਾਹੁੰਦੇ ਨੇ, ਆਫਟਰ ਵੀਜ਼ਾ ਦੇਣਾ ਚਾਹੁੰਦੇ ਨੇ, ਸਿੰਗਾਪੁਰ ਦਾ ਸਟੱਡੀ ਵੀਜ਼ਾ ਉਹ ਲੈ ਸਕਦੇ ਨੇ। ਪੜ੍ਹਾਈ ਘੱਟ ਹੈ, ਪ੍ਰੈਕਟੀਕਲ ਜ਼ਿਆਦਾ ਹੈਗਾ, ਔਰ ਸਭ ਤੋਂ ਮੇਨ ਚੀਜ਼ ਇੱਕੋ ਹੈ ਵੀ ਸਾਡਾ ਕੋਈ ਪੈਸਾ ਐਡਵਾਂਸ ਨਹੀਂ। 10ਵੀਂ ਪਾਸ ਵੀ ਜਾ ਸਕਦਾ, 12ਵੀਂ ਪਾਸ ਵੀ ਜਾ ਸਕਦਾ, ਔਰ ਉੱਥੋਂ ਅੱਗੇ ਕਿੱਥੇ ਜਾਣਾ ਚਾਹੇ, UK ਜਾਂ ਆਸਟ੍ਰੇਲੀਆ, ਤਾਂ ਵੀ ਮੂਵ ਹੋਇਆ ਜਾ ਸਕਦਾ। ਬਟ ਉਹਦੇ ਵਾਸਤੇ ਬੜੀ ਮਿਹਨਤ ਦੀ ਲੋੜ ਹੈਗੀ ਹੈ। ਗੈਪ ਹੋਵੇ ਕੋਈ ਚੱਕਰ ਨਹੀਂ ਹੈਗਾ। ਸਿੰਗਾਪੁਰ ਸਟੱਡੀ ਵੀਜ਼ਾ ਵਾਸਤੇ ਜੋ ਸੱਚਾਈ ਹੈ, ਔਰ ਓਰਿਜਨਲ ਵੀਜ਼ਾ ਲੈਣਾ ਹੈ, 40-50 ਹਜ਼ਾਰ ਰੁਪਇਆ ਮਹੀਨਾ ਜੇ ਕਮਾਉਣਾ ਚਾਹੁੰਦੇ ਹੋ, ਸਟੱਡੀ ਵੀਜ਼ਾ ਬੇਸ 'ਤੇ ਜਾਣਾ ਪਏਗਾ। ਔਰ ਉਸ ਤੋਂ ਬਾਅਦ, ਔਰ ਇੱਕ ਹੋਰ ਮੈਂ ਦੱਸ ਦਿੰਦਾ ਹੈਗਾ, ਮੈਂ ਇਹ ਗੱਲ ਤੋਂ ਪ੍ਰੋਪਰ ਵਾਕਫ ਹੈਗਾ ਵੀ ਸਾਡੇ ਦਰਸ਼ਕ ਪਹਿਲੇ ਸ਼ੋਅ ਵੇਖਦੇ ਨੇ, ਸਾਡਾ ਸ਼ੋਅ ਚੰਗਾ ਲੱਗਾ, ਬਟ ਡਰ ਜਾਂਦੇ ਆ ਵੀ ਮੈਂ ਪੜ੍ਹਾਂਗਾ ਕਿਵੇਂ, ਮੇਰੇ 5 ਸਾਲ ਹੋ ਗਏ, 7 ਸਾਲ ਹੋ ਗਏ, 10 ਸਾਲ ਹੋ ਗਏ, ਕੰਮ ਬੰਨੇ ਧਿਆਨ ਹੋ ਜਾਂਦਾ ਬੱਚੇ ਦਾ, ਹਰੇਕ ਦਾ ਬੰਦਾ ਕਹਿੰਦਾ ਮੈਂ ਸੈੱਟ ਹੈ ਨਹੀਂ ਗਾ, ਪੈਸੇ ਕਿਵੇਂ ਕਮਾਵਾਂ। ਤੁਸੀਂ ਪਹਿਲੇ ਥੋੜ੍ਹਾ ਜਿਹਾ ਦਿਮਾਗ 'ਚ ਇਹ ਰੱਖਿਆ ਕਰੋ ਬਈ ਨੀਰਜ ਜੀ ਨੇ ਇਹ ਦੱਸਿਆ ਅਤੇ ਪਹਿਲੇ ਮੈਨੂੰ ਇੱਕ ਵਾਰ ਜਾ ਕੇ ਮਿਲਣਾ ਚਾਹੀਦਾ, ਫੇਸ ਟੂ ਫੇਸ ਗੱਲ ਕਰਨੀ ਚਾਹੀਦੀ ਹੈ, ਸਾਰੀ ਸਲਾਹ ਲੈ ਕੇ ਆਉਣੀ ਚਾਹੀਦੀ ਹੈ। ਤੁਸੀਂ ਕਹਿੰਦੇ ਹੋ ਮੈਂ ਪੜ੍ਹਨਾ ਨਹੀਂ ਹੈ, ਪੜ੍ਹਾਈ ਤੁਹਾਡਾ ਇੱਕ ਬਹਾਨਾ ਹੈਗਾ, ਸਿਰਫ ਇੱਕ ਬੇਸ ਹੈਗਾ ਤੁਹਾਡਾ। ਤੁਸੀਂ ਕੀ ਕਰਨਾ ਹੈਗਾ, ਜਦੋਂ ਤੁਸੀਂ ਕਿਸੇ ਵੀ XYZ ਕੰਸਲਟੈਂਟ ਤੋਂ ਕਿਤੇ ਵੀ ਅਪਲਾਈ ਕਰਦੇ ਹੋ ਨਾ, ਕੋਈ ਵੀ ਵੀਜ਼ਾ, ਨੇੜੇ ਤੇੜੇ ਆਪਦੀ ਪਰਸਨੈਲਿਟੀ ਡਿਵੈਲਪਮੈਂਟ ਦੀ ਕਲਾਸ, ਇੰਗਲਿਸ਼ ਦੀ ਕਲਾਸ ਔਰ ਕੌਨਫੀਡੈਂਸ ਦੀ ਕਲਾਸ, ਇਹ ਤਿੰਨੋਂ ਕਲਾਸਾਂ ਇਕੱਠੀਆਂ 2-2.5 ਘੰਟੇ ਦੀਆਂ ਹੁੰਦੀਆਂ ਨੇ, ਡੇਲੀ ਲਵਾਓ। ਤੁਸੀਂ ਐਂ ਸੋਚੋ ਵੀ ਮੈਂ ਇੱਕ ਸਕੂਲ ਜਾਣਾ ਅਤੇ ਮੈਂ ਫਾਊਂਡੇਸ਼ਨ ਕਰ ਰਿਹਾ ਹੈਗਾ, ਬੱਚੇ ਬਣ ਜਾਓ ਇੱਕ ਹਿਸਾਬ ਦੇ, ਇਹ ਦਿਮਾਗ 'ਚੋਂ ਜ਼ੀਰੋ ਕਰ ਦਿਉ ਵੀ ਮੈਂ ਪਹਿਲੇ ਕੀ ਕੀਤਾ ਹੈਗਾ। ਜੇ ਫਾਊਂਡੇਸ਼ਨ ਥੋੜ੍ਹੀ ਜਿਹੀ ਚੰਗੀ ਕਰ ਲਉਂਗੇ, ਚੰਗੇ ਪੈਸੇ ਕਮਾ ਸਕਦੇ ਹੋ। ਕਮਿਊਨੀਕੇਸ਼ਨ ਸਕਿੱਲ ਜਿਹੜੇ ਬੰਦੇ ਦੇ ਬਾਹਰ ਚੰਗੇ ਹੈ, ਕੌਨਫੀਡੈਂਸ ਚੰਗਾ, ਚਾਹੇ ਉਹ ਘੱਟ ਪੜ੍ਹਿਆ ਲਿਖਿਆ ਚਾਹੇ ਜ਼ਿਆਦਾ ਪੜ੍ਹਿਆ ਲਿਖਿਆ, ਉਹ ਹਮੇਸ਼ਾ ਕਾਮਯਾਬ ਹੈ। ਅੱਜ ਆਪਾਂ ਆਪਦੇ ਨੇੜੇ ਤੇੜੇ ਲਾਈਏ, ਸਾਡੇ ਯਾਰ ਦੋਸਤ, ਸਾਡੇ ਰਿਸ਼ਤੇਦਾਰ, ਸਾਡੇ ਸੱਜਣ ਮਿੱਤਰ, ਕਈ ਗੱਲਾਂ ਦੀ ਖੱਟੀ ਖਾਂਦੇ ਹੈ, ਕਈ ਵਿਚਾਰੇ ਮਿਹਨਤ ਕਰਨ ਤੋਂ ਬਾਅਦ ਵੀ ਉਹਨਾਂ ਦੀ ਪੂਰੀ ਨਹੀਂ ਪੈਂਦੀ। ਕਈ ਚੀਜ਼ਾਂ ਨੇ ਜਿਹੜੀਆਂ ਸਾਡੀਆਂ, ਅਸੀਂ ਆਪਦੇ ਫੋਕਸ ਤੋਂ ਹਿੱਲਦੇ ਹਾਂ ਅਤੇ ਅਸੀਂ ਹੈਂਡ ਟੂ ਮਾਊਥ ਰਹਿ ਜਾਂਦੇ ਹੈਗੇ ਹਾਂ। ਪਰਮਾਤਮਾ ਨੇ ਸਾਰਿਆਂ ਦੇ ਵਾਸਤੇ ਹਰ ਚੀਜ਼ ਬਣਾ ਕੇ ਭੇਜੀ ਹੈ, ਲੋੜ ਹੈ ਫੋਕਸ ਕਰਨ ਦੀ, ਫੋਕਸ ਤੋਂ ਬਾਅਦ ਥੋੜ੍ਹਾ ਜਿਹਾ ਜਿਗਰਾ ਕਰਨ ਦੀ ਔਰ ਥੋੜ੍ਹਾ ਜਿਹਾ ਮਿਹਨਤ ਕਰਨ ਦੀ। ਜੇ ਤਿੰਨੋਂ ਚੀਜ਼ਾਂ ਤੁਸੀਂ ਕਰ ਸਕਦੇ ਹੋ, ਪਹਿਲੇ ਜੋ ਹੋ ਗਿਆ ਮਰਜ਼ੀ, ਕੁਛ ਵੀ ਹੋ ਗਿਆ, ਪੈਸੇ ਖਰਾਬ ਹੋ ਗਏ, ਘਰ ਦੇ ਹਾਲਾਤ ਖਰਾਬ ਹੈ, ਮਾਂ ਬਾਪ ਕਹਿੰਦੇ, ਇੱਕ ਵਾਰ ਕਰੀਅਰ ਓਵਰ ਸੀ ਚੰਡੀਗੜ੍ਹ, ਪੇਰੈਂਟਸ ਦੇ ਨਾਲ ਖੰਨਾ, ਲੁਧਿਆਣਾ ਜਾਂ ਚੰਡੀਗੜ੍ਹ ਮੈਨੂੰ ਆ ਕੇ ਮਿਲ ਸਕਦੇ ਹੈਗੇ। ਜੀ ਬਿਲਕੁਲ ਦਰਸ਼ਕੋ, ਜੇ ਸਿੰਗਾਪੁਰ ਬਾਰੇ ਤੁਹਾਨੂੰ ਕੋਈ ਹੋਰ ਸੁਜੈਸ਼ਨ ਚਾਹੀਦੀਆਂ ਨੇ, ਉਸਦੇ ਲਈ ਤੁਸੀਂ ਕਰਿਓ ਓਵਰਸੀਜ਼ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦੇ ਨੰਬਰ, ਐਡਰੈਸ ਲਗਾਤਾਰ ਫਲੈਸ਼ ਹੋ ਰਹੇ ਨੇ ਸਾਡੀ TV ਸਕਰੀਨ 'ਤੇ। ਸਿੰਗਾਪੁਰ ਨੂੰ ਲੈ ਕੇ ਆਮ ਤੌਰ 'ਤੇ ਬੱਚੇ ਮਿਹਨਤ ਕਰਨ ਨੂੰ ਤਾਂ ਝਿਜਕਦੇ ਨਹੀਂ, ਬਿਲਕੁਲ ਜਿਵੇਂ ਕਿ ਨੀਰਜ ਜੀ ਨੇ ਕਿਹਾ, ਵਿਲ ਪਾਵਰ ਆਪਣੀ ਸਟਰੋਂਗ ਰੱਖਣੀ ਚਾਹੀਦੀ ਹੈ, ਮਿਹਨਤ ਕਰਨ ਨੂੰ ਤੁਹਾਨੂੰ ਤਿਆਰ ਰਹਿਣਾ ਚਾਹੀਦਾ ਹੈ। ਲੇਕਿਨ ਕਿਤੇ ਨਾ ਕਿਤੇ ਇੱਦਾਂ ਦੇ ਸਟੂਡੈਂਟਸ ਉਸ ਟਾਈਮ 'ਤੇ ਆ ਕੇ ਨੀਰਜ ਜੀ ਮਿਸਗਾਈਡ ਹੋ ਜਾਂਦੇ ਨੇ, ਜਦੋਂ ਕੰਸਲਟੈਂਟ ਜਾਂ ਏਜੰਟਸ ਉਹਨਾਂ ਨੂੰ ਇਹ ਕਹਿੰਦੇ ਨੇ ਜੀ ਤੁਹਾਨੂੰ $1500 ਦੀ OGT ਲੱਗ ਜਾਵੇਗੀ, ਜੇ ਤੁਸੀਂ ਸਾਡੇ ਤੋਂ ਅਪਲਾਈ ਕਰਦੇ ਹੋ 2000 ਦੀ OGT ਲੱਗ ਜਾਵੇਗੀ, $800 ਦੀ OGT ਲੱਗ ਜਾਵੇਗੀ। ਕੀ ਇਹ OGT ਲਗਵਾਉਣਾ ਕੰਸਲਟੈਂਟ ਦੇ ਇੱਥੋਂ ਹੀ ਹੱਥ ਦੇ ਵਿੱਚ ਹੁੰਦਾ ਹੈ? ਨਹੀਂ ਜੀ, ਬਿਲਕੁਲ ਨਹੀਂ, ਇਹ ਮੈਂ ਸਰਾਸਰ ਗਲਤ ਹੈ। ਰਹਿੰਦਾ ਕੀ ਹੈ ਬਈ, ਅਸੀਂ 10th ਦਾ ਸਰਟੀਫਿਕੇਟ, ਪਾਸਪੋਰਟ ਫੋਟੋਆਂ, ਇੱਕ ਡੇਟ ਆਫ ਬਰਥ ਸਰਟੀਫਿਕੇਟ ਚਾਹੀਦਾ ਹੁੰਦਾ ਹੈ, 8-9 ਲੱਖ ਰੁਪਏ ਦੀ ਬੈਂਕ ਸਟੇਟਮੈਂਟ ਚਾਹੀਦੀ ਹੁੰਦੀ ਹੈ ਬੱਚੇ ਦੀ, ਨਹੀਂ ਹੋਵੇ ਅਸੀਂ ਅਸਿਸਟੈਂਸ ਦੇ ਦਿੰਦੇ ਹੈਗੇ ਹਾਂ। ਇਸ ਤੋਂ ਬਾਅਦ ਜਦੋਂ ਬੱਚਾ ਉੱਥੇ ਜਾਂਦਾ, ਸਾਡੀ ਪੋਸਟ ਲੈਂਡਿੰਗ ਸਰਵਿਸ ਵੀ ਹੈ ਜਿਹੜੀ ਬਿਲਕੁਲ ਫ੍ਰੀ ਹੈ, 1 ਮੰਥ ਅਕੋਮੋਡੇਸ਼ਨ ਵੀ ਅਸੀਂ ਫ੍ਰੀ ਦੇ ਦਿੰਦੇ ਹੈਗੇ, ਜਿਹੜਾ ਬੱਚਾ ਚੰਗਾ ਹੋਵੇ, ਲੱਗਦਾ ਵੀ ਹਾਂ ਇਹ ਕੁਛ ਕਰੂਗਾ। ਪਹਿਲੇ ਤਾਂ ਸਾਨੂੰ ਪਿਛਲਾ ਚੀਜ਼ਾਂ ਭੁੱਲੀਆਂ ਪੈਣਗੀਆਂ ਜੇ ਅੱਗੇ ਜਾਣਾ ਹੈਗਾ। ਅਸੀਂ ਕੀ ਕਰਦੇ ਹਾਂ, ਪੁਰਾਣੀਆਂ ਚੀਜ਼ਾਂ ਫੜ ਕੇ, ਲੜਾਈ ਝਗੜੇ ਜੋ ਵੀ ਚੀਜ਼ਾਂ ਫੈਮਿਲੀ ਦੇ ਵਿੱਚ ਜਾਂ ਜ਼ਿੰਦਗੀ 'ਚ ਹੋਈਆਂ ਹੁੰਦੀਆਂ, ਉਹਨੂੰ ਫੜ ਕੇ ਬੈਠੇ ਰਹਿੰਦੇ ਹਾਂ, ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਕਰਦੇ, ਡਰਦੇ ਰਹਿੰਦੇ ਹੈਗੇ ਹਾਂ, ਇੱਦਾਂ ਨਾ ਕਰੋ। ਜੇ ਸਿੰਗਾਪੁਰ ਜਾਣਾ ਹੈ ਅਤੇ ਜੇ ਤੁਸੀਂ ਨਹੀਂ ਫਸਣਾ ਔਰ ਓਨ ਜੋਬ ਟ੍ਰੇਨਿੰਗ ਵੀ ਲੈਣੀ ਹੈ, ਤਾਂ ਉਹਦੇ ਵਾਸਤੇ ਕੀ ਤਿਆਰੀ ਹੈ, ਇੰਗਲਿਸ਼ ਚੰਗੀ, ਕੌਨਫੀਡੈਂਸ ਚੰਗਾ, ਹਫ਼ਤੇ 'ਚ 2-3 ਦਿਨ ਕਲਾਸਾਂ ਜ਼ਰੂਰ ਲਗਵਾਉਣੀਆਂ ਪੈਣੀਆਂ ਸਿੰਗਾਪੁਰ ਦੇ ਵਿੱਚ, ਕੰਮ ਕਰੋ ਸ਼ਾਮ ਨੂੰ, ਕੋਈ ਚੱਕਰ ਨਹੀਂ ਹੈਗਾ। ਓਨ ਜੋਬ ਟ੍ਰੇਨਿੰਗ ਕੰਸਲਟੈਂਟ ਨਹੀਂ ਲਗਵਾ ਕੇ ਦਿੰਦਾ, ਓਨ ਜੋਬ ਟ੍ਰੇਨਿੰਗ ਕਾਲਜ ਲਗਵਾ ਕੇ ਦਿੰਦਾ, ਬਟ ਉਹ ਤਾਂ ਲਗਵਾ ਕੇ ਦਿੰਦਾ ਜੇ ਤੁਸੀਂ ਉਹ ਸਰਟੀਫਿਕੇਟ ਜਾਂ ਡਿਪਲੋਮਾ ਕੋਰਸ ਜਿਹੜਾ ਕਰਨ ਗਏ ਹੋ ਉਹ ਕੰਪਲੀਟ ਕੀਤਾ ਹੈ ਟਾਈਮਲੀ ਵਿਦ ਅੱਛੀਆਂ ਅਟੈਂਡੈਂਸ, ਔਰ ਉਸ ਤੋਂ ਬਾਅਦ ਜਿਹੜਾ ਕਹਿੰਦੇ ਆ ਨਾ $700 ਤੋਂ $1000 ਮਿਲੇਗੀ, $1000 ਤੋਂ $1200 ਮਿਲੇਗੀ, ਉਹ $200-$300 ਦਾ ਫਰਕ ਤਾਂ ਰਹਿੰਦਾ ਤੁਹਾਡੀ ਸਮਾਰਟਨੈਸ, ਤੁਹਾਡਾ ਕਮਿਊਨੀਕੇਸ਼ਨ ਸਕਿੱਲ, ਤੁਹਾਡੀ ਪਰਸਨੈਲਿਟੀ, ਤੁਹਾਡਾ ਕੌਨਫੀਡੈਂਸ ਲੈਵਲ। ਜੇ ਤਿੰਨੋਂ ਚਾਰੋਂ ਚੀਜ਼ਾਂ ਕਿਸੇ ਬੱਚੇ ਦੇ ਵਿੱਚ ਹੈਗੀਆਂ ਨੇ, ਗਰੰਟੀ ਨਾਲ ਵੀਜ਼ਾ ਲੈ ਕੇ ਦਿਆਂਗਾ। ਹੋਰ ਵੀ ਬੜੀਆਂ ਕੰਟਰੀਆਂ ਨੇ, ਜੇ ਤੁਸੀਂ ਇੱਥੇ 10-15 ਹਜ਼ਾਰ ਤੋਂ ਜ਼ਿਆਦਾ ਨਹੀਂ ਕਮਾ ਰਹੇ ਅਤੇ ਇੱਕ ਵਾਰ ਸਟੱਡੀ ਵੀਜ਼ਾ ਦਾ ਰਸਤਾ ਲੈ ਕੇ, ਬੜੀਆਂ ਕੰਟਰੀਆਂ ਨੇ, ਇਹ ਨਹੀਂ ਸਿੰਗਾਪੁਰ ਦੀ ਗੱਲ ਕਰ ਰਿਹਾ, ਬੜੀਆਂ ਕੰਟਰੀਆਂ ਨੇ, ਉਹਨਾਂ ਦਾ ਰਸਤਾ ਲਓ, ਮੇਰੇ ਕੋਲ ਆ ਕੇ ਨੈੱਟ ਦਾ ਸਾਰੇ ਵੈਬ ਐਡਰੈਸ ਲਓ, ਬੱਚਿਆਂ ਨਾਲ ਗੱਲ ਕਰੋ, ਮੇਰੇ ਕੋਲ ਬੜੀਆਂ ਕੰਟਰੀਜ਼ ਨੇ ਜਿਹੜੀਆਂ ਮੈਂ ਤੁਹਾਡੀ ਪੋਕਟ ਦੇ ਹਿਸਾਬ ਨਾਲ, ਤੁਹਾਡੇ ਕੌਨਫੀਡੈਂਸ ਦੇ ਲੈਵਲ ਦੇ ਹਿਸਾਬ ਨਾਲ, ਤੁਹਾਡੇ ਇੰਗਲਿਸ਼ ਦੇ ਲੈਵਲ ਦੇ ਹਿਸਾਬ ਨਾਲ
ਤੁਹਾਨੂੰ ਜਾਂ ਤੁਹਾਡੇ ਸਪਾਊਸ ਨੂੰ ਮੈਂ ਬੜੀਆਂ ਕੰਟਰੀਜ਼ 'ਚ ਭੇਜ ਸਕਦਾ ਵਿਦ ਗਾਰੰਟੀ, ਕੋਈ ਐਡਵਾਂਸ ਨਹੀਂ। ਬਟ ਇੱਕੋ ਚੀਜ਼ ਹੈ, ਮਨ ਬਣਾਉਣਾ ਪਏਗਾ, ਪੇਰੈਂਟਸ ਨਾਲ ਆ ਕੇ ਕਰਨਾ ਪਏਗਾ, ਔਰ ਲੋਕਾਂ ਦੀਆਂ ਗੱਲਾਂ ਸੁਣਨ ਦੀ ਫਿਰ ਕੋਈ ਲੋੜ ਨਹੀਂ ਹੈਗੀ। ਫੈਕਟ ਨਜ਼ਰ ਆ ਗਿਆ, ਸਿਰਫ ਇੱਕੋ ਹੁੰਦਾ ਫਿਰ ਤਾਂ ਜਿਗਰਾ ਚਾਹੀਦਾ ਵੀ ਮੈਂ ਯਾਰ ਜਾਣਾ ਹੀ ਜਾਣਾ, ਇੱਥੇ ਤਾਂ ਮੈਂ ਕੁਛ ਕਰਦਾ ਨਹੀਂ। ਇਸ ਕਰਕੇ ਸਟੱਡੀ ਵੀਜ਼ਾ ਬਾਰੇ ਜਾਂ ਟੂਰਿਸਟ ਵੀਜ਼ਾ ਬਾਰੇ ਕੋਈ ਵੀ ਕੰਟਰੀ ਪੁੱਛਣੀ ਹੈ ਤਾਂ ਕਰੀਅਰ ਓਵਰਸੀਜ਼ ਦਾ ਨੰਬਰ ਜ਼ਰੂਰ ਜਹਿਨ 'ਚ ਰੱਖ ਕੇ ਹੋਰਾਂ ਨੂੰ ਵੀ ਜ਼ਰੂਰ ਦਿਆ ਕਰੋ। ਨੀਰਜ ਜੀ, ਅਸੀਂ ਪੋਕਿਟ ਦੀ ਗੱਲ ਕਰਦੇ ਹਾਂ ਕਿਉਂਕਿ ਸਟੂਡੈਂਟਸ ਜਿਹੜੇ ਹੁੰਦੇ ਨੇ ਕੰਸਲਟੈਂਟ ਅਲੱਗ ਅਲੱਗ ਦੇਖਦੇ ਨੇ, ਉਹ ਇਹ ਧਿਆਨ 'ਚ ਨਾ ਰੱਖਦੇ ਹੋਏ ਕਿ ਕਿਹੜਾ ਕੰਸਲਟੈਂਟ ਜੈਨੂਨ ਹੈ, ਐਕਸਪਰਟ ਹੈ, ਪੁਰਾਣੇ ਨੇ, ਇਹ ਧਿਆਨ 'ਚ ਰੱਖਦੇ ਨੇ ਕਿ ਕਿੱਥੇ ਉਹਨਾਂ ਨੇ ਘੱਟ ਪੈਸੇ ਲੱਗ ਰਹੇ ਨੇ। ਸੋ ਪੈਕੇਜਸ ਦੇ ਵਿੱਚ ਕਰੀਅਰ ਓਵਰਸੀਜ਼ ਵੀ ਡੀਲ ਕਰਦਾ, ਹੋਰ ਜਿਹੜੇ ਕੰਸਲਟੈਂਟ ਜਾਂ ਏਜੰਟਸ ਨੇ ਉਹ ਵੀ ਡੀਲ ਕਰਦੇ ਨੇ। ਸੋ ਸਟੂਡੈਂਟਸ ਜਿਹੜੇ ਹੈਗੇ ਨੇ ਉੱਥੇ ਪ੍ਰੈਫਰ ਕਰਨਗੇ ਸਿੰਗਾਪੁਰ ਜਾਣਾ, ਜਿੱਥੇ ਉਹਨਾਂ ਕੋਲ ਘੱਟ ਪੈਸੇ ਲਿੱਤੇ ਜਾਂਦੇ ਨੇ। 1.5 ਲੱਖ ਦੇ ਵਿੱਚ ਸਿੰਗਾਪੁਰ ਭੇਜਿਆ ਜਾ ਰਿਹਾ, 2.25 ਲੱਖ ਦੇ ਵਿੱਚ ਸਿੰਗਾਪੁਰ ਭੇਜਿਆ ਜਾ ਰਿਹਾ। ਸੋ ਕਰੀਅਰ ਓਵਰਸੀਜ਼ ਇੱਦਾਂ ਦੇ ਕੰਸਲਟੈਂਟਸ ਕੋਲੋਂ ਕਿਵੇਂ ਡਿਫਰੈਂਟ ਹੋਈ? ਮੈਂ ਜੀ ਇੱਕ ਗੱਲ ਦੱਸਦਾ ਹੈਗਾ, ਮੈਂ 7 ਸਾਲ ਤੋਂ ਅਲੱਗ ਅਲੱਗ ਚੈਨਲਾਂ ਤੋਂ ਸਾਡੇ ਦਰਸ਼ਕਾਂ ਦੇ ਰੂਬਰੂ ਹੋਣਾ, ਔਰ ਮੈਂ ਥੈਂਕਸ ਵੀ ਕਰਦਾ, ਉਹਨਾਂ ਦਾ ਵੀ ਥੈਂਕਸ ਕਰਦਾ ਜਿਹੜਾ ਮੇਰਾ ਪ੍ਰੋਗਰਾਮ ਦੇਖਦੇ ਨੇ, ਮੈਂ ਉਹਨਾਂ ਦਾ ਵੀ ਥੈਂਕਸ ਕਰਦਾ ਜਿਹੜੇ ਸਾਡੇ ਤੋਂ ਇਨਕੁਆਇਰੀ ਲੈਂਦੇ ਨੇ, ਮੈਂ ਉਹਨਾਂ ਦਾ ਵੀ ਥੈਂਕਸ ਕਰਦਾ ਜਿਹੜੇ ਸਾਡੇ ਵਿਜ਼ਿਟ ਕਰਦੇ ਨੇ, ਔਰ ਉਹਨਾਂ ਦਾ ਤਾਂ ਬਹੁਤ ਜ਼ਿਆਦਾ ਥੈਂਕਸ ਕਰਦਾ ਜਿਹੜੇ ਸਾਡੇ ਤੋਂ ਅਪਲਾਈ ਕਰਦੇ ਨੇ। ਕਰੀਅਰ ਓਵਰਸੀਜ਼ 7 ਸਾਲ ਪਹਿਲੇ ਜਦੋਂ ਸਟਾਰਟ ਹੋਇਆ ਸੀ, ਇੱਕੋ ਮੋਟੋ ਲੈ ਕੇ ਮੈਂ ਸਟਾਰਟ ਕੀਤਾ ਸੀਗਾ, ਕਿਉਂਕਿ ਉਦੋਂ ਇੰਨੀ ਅਵੇਅਰਨੈਸ ਨਹੀਂ ਸੀਗੀ, ਜਨਤਾ ਨੂੰ ਬੜੀਆਂ ਚੀਜ਼ਾਂ ਦੇ ਨਾਮ ਤੋਂ ਬੇਵਕੂਫ ਬਣਾਇਆ ਜਾਂਦਾ ਸੀ। 5-7 ਕੰਸਲਟੈਂਟ ਅਸੀਂ ਨਾਲ ਲਏ ਜਿਹੜੇ ਇਸ ਮੰਚ ਤੋਂ ਵੀ ਚੱਲਦੇ ਨੇ, ਹੋਰ ਟੀਵੀਆਂ ਤੋਂ ਵੀ ਚੱਲਦੇ ਨੇ। ਅਸੀਂ ਕਿਹਾ ਵੀ ਲੋਕਾਂ 'ਚ ਇੰਨੀ ਅਵੇਅਰਨੈਸ ਕਰ ਦਿਉ, ਕਿਉਂਕਿ ਇਹ ਸਾਡਾ ਧੰਦਾ ਹੈ ਜਿਹਨੂੰ ਕਿਹਾ ਜਾਂਦਾ ਵੀ ਬੜਾ ਬਦਨਾਮ ਹੈ ਸਾਡਾ ਬਿਜ਼ਨਸ। ਕੁਛ ਚੰਗੇ ਕੰਸਲਟੈਂਟ ਕਰਕੇ ਅੱਜ ਬਿਜ਼ਨਸ ਫਿਰ ਚੱਲ ਰਿਹਾ, ਫਿਰ ਗਰੋ ਕਰ ਰਿਹਾ, ਬਟ ਅਫਸੋਸ ਅਸੀਂ ਮਿੱਠੀਆਂ ਗੱਲਾਂ ਵਿੱਚ, ਅਸੀਂ ਸਸਤੇ ਪੈਕੇਜਾਂ ਦੇ ਵਿੱਚ ਔਰ ਫਾਲਸ ਕਮਿਟਮੈਂਟ ਦੇ ਵਿੱਚ ਅਸੀਂ ਕਿਵੇਂ ਨਾ ਕਿਵੇਂ ਆਪਣੇ ਆਪ ਹੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਾਂ। ਤੁਹਾਡਾ ਵੀ ਕੋਈ ਕਸੂਰ ਨਹੀਂ ਹੁੰਦਾ, ਕਸੂਰ ਹੁੰਦਾ ਤੁਹਾਡੇ ਹਾਲਾਤ ਦਾ, ਤੁਹਾਡੀਆਂ ਮਜਬੂਰੀਆਂ ਦਾ, ਤੁਹਾਨੂੰ ਜ਼ਿਆਦਾ ਨੌਲੇਜ ਨਾ ਹੋਣਾ। ਕਰੀਅਰ ਓਵਰਸੀਜ਼ ਇੱਕੋ ਚੀਜ਼ ਕਰਨਾ ਜਾਣਦਾ, ਜਿਹੜਾ ਬੱਚਾ ਐਲੀਜੀਬਲ ਹੈ, ਜਿਹੜਾ ਕਸਟਮਰ ਸਾਡਾ ਫੋਨ ਸਾਨੂੰ ਫੋਨ ਕਰ ਰਿਹਾ ਸਾਡਾ ਪ੍ਰੋਗਰਾਮ ਵੇਖ ਕੇ, ਉਹ ਨੀਰਜ ਕੁਮਾਰ ਦੀ ਫੇਸ ਵੈਲਿਊ ਨੂੰ ਟਰੱਸਟ ਕਰਕੇ ਫੋਨ ਕਰ ਰਿਹਾ ਵੀ ਜੀ ਮੈਂ ਨੀਰਜ ਕੁਮਾਰ ਕੋਲ ਇੱਕ ਵਾਰ ਜ਼ਰੂਰ ਜਾ ਕੇ ਮਿਲਣਾ। ਕਈਆਂ ਨੂੰ ਮੈਂ ਮਿਲ ਪਾਉਂਦਾ, ਕਈਆਂ ਨੂੰ ਨਹੀਂ ਮਿਲ ਪਾਉਂਦਾ, ਮੈਂ ਮਾਫ਼ੀ ਚਾਹੁੰਦਾ ਜਿਨ੍ਹਾਂ ਨੂੰ ਨਹੀਂ ਮੈਂ ਮਿਲ ਪਾਉਂਦਾ, ਬਟ ਮੇਰੀ ਦਿਲੀ ਇੱਛਾ ਹੁੰਦੀ ਹੈ ਔਰ ਮੇਰੇ ਸਵੇਰੇ ਲੜਕੀਆਂ ਨੂੰ ਇੱਕੋ ਮੈਸੇਜ ਹੁੰਦਾ, ਇੱਕੋ ਦੱਸਿਆ ਜਾਂਦਾ, ਸੱਚ ਬੋਲਣਾ, ਸਪਸ਼ਟ ਬੋਲਣਾ, ਨਹੀਂ ਰਜਿਸਟਰਡ ਕਰਨਾ ਕਿਉਂਕਿ ਉਹ ਐਲੀਜੀਬਲ ਨਹੀਂ ਹੈ। ਕੰਸਲਟੈਂਟ ਦੇ ਉੱਪਰ ਫਾਈਲ ਦੇ ਕੇ ਅਤੇ ਅਸੀਂ ਮਿਹਨਤ ਕਰਨੀ ਬੰਦ ਕਰ ਦਿੰਦੇ ਹਾਂ, ਕੰਸਲਟੈਂਟ ਦੇ ਉੱਤੇ ਸਾਰਾ ਕੁਛ ਛੱਡ ਦਿੰਦੇ ਹਾਂ, ਇੱਦਾਂ ਨਾ ਕਰਿਆ ਕਰੋ। ਕਿਉਂਕਿ ਲਾਈਫ ਤੁਸੀਂ ਖੁਦ ਬਣਾਉਣੀ ਹੈ, ਪੜ੍ਹਨਾ ਤੁਸੀਂ ਹੈ, ਚਾਹੇ ਥੋੜ੍ਹਾ ਪੜ੍ਹਨਾ ਚਾਹੇ ਜ਼ਿਆਦਾ ਪੜ੍ਹਨਾ, ਪਹਿਲੇ ਤਾਂ ਮਾਇੰਡ ਮੇਕਅਪ ਕਰਿਆ ਕਰੋ। ਲੋਕਾਂ ਦੀਆਂ ਜਿਹੜੀਆਂ ਨੇੜੇ ਤੇੜੇ ਨੈਗੇਟਿਵਿਟੀ ਫੈਲੀ ਹੁੰਦੀ ਹੈ ਨਾ ਤੁਹਾਡੀ, ਤੁਹਾਡੀ ਉਹਦੇ 'ਚ ਹੀ ਦੁਨੀਆ ਹੁੰਦੀ ਹੈ, ਔਰ ਉਹਨਾਂ ਦਾ ਹੀ ਮੰਨਦੇ ਹੋ ਪਹਿਲੇ ਜਿਹੜਾ ਤੁਹਾਨੂੰ ਸਲਾਹ ਦੇ ਰਿਹਾ ਨਾ, ਜਿਹਨੇ ਤੋਂ ਸਲਾਹ ਮੰਗਣ ਜਾ ਰਹੇ ਹੋ, ਪਹਿਲੇ ਤਾਂ ਇਹ ਵੇਖਿਆ ਕਰੋ ਵੀ ਉਸ ਬੰਦੇ ਨੂੰ ਕਿੰਨੀ ਨੌਲੇਜ ਹੈ, ਕਿੰਨੀ ਅਕਲ ਹੈ, ਔਰ ਕਿਹੜੇ ਮੁਕਾਮ 'ਤੇ ਬੈਠਾ ਜਿਹੜਾ ਤੁਹਾਨੂੰ ਚੰਗੀ ਸਲਾਹ ਦੇਗਾ। ਤੁਸੀਂ ਕੀ ਕਰਦੇ ਹੋ, ਤੁਹਾਡੇ ਨਾਲ ਜਿਹੜਾ ਤੁਹਾਡਾ ਖਾਣ ਪੀਣ ਵਾਲਾ ਬੇਲੀ ਹੈ ਜਾਂ ਤੁਹਾਡੇ ਨਾਲ ਸਾਰਾ ਦਿਨ ਵਿਹਲਾ ਘੁੰਮਣ ਵਾਲਾ ਬੇਲੀ ਹੈ, ਤੁਸੀਂ ਉਹਦੀਆਂ ਸਲਾਹਾਂ ਦੇ ਵਿੱਚ ਆ ਕੇ ਆਪਦਾ ਨੁਕਸਾਨ ਕਰ ਬੈਂਦੇ ਹੈਗੇ ਹੋ, ਐਵੇਂ ਨਾ ਕਰਿਆ ਕਰੋ। ਆਪਦੀ ਕੁਛ ਆਪਣੇ ਆਪ ਨੂੰ ਐਕਸਪਲੋਰ ਕਰਿਆ ਕਰੋ, ਪਹਿਲੇ ਆਪ ਸੋਚਿਆ ਕਰੋ ਵੀ ਮੈਂ ਕੀ ਹੈਗਾ ਔਰ ਮੈਂ ਕੀ ਕਰਨਾ ਚਾਹੁੰਦਾ ਔਰ ਮੈਨੂੰ ਉਹਦੇ ਵਾਸਤੇ ਕੀ ਤਿਆਰੀ ਕਰਨੀ ਪਏਗੀ। ਅੱਜ ਸਾਡੇ ਮੈਂ ਇੱਕ ਤਾਂ ਮੈਂ ਦੱਸ ਰਿਹਾ ਹੈਗਾ, ਸਾਨੂੰ ਕਾਫੀ ਚੀਜ਼ਾਂ ਦਾ ਐਕਸਪੀਰੀਅੰਸ ਹੈ। ਅੱਜ ਕਲਾਸ ਨਹੀਂ ਲਵਾਈ ਕੁੜੀਆਂ ਮਗਰ, ਫੇਸਬੁੱਕ ਮਗਰ, ਵਟਸਐਪ 'ਤੇ ਐਸੀ ਤੈਸੀ ਕੀਤੀ ਹੋਈ ਹੈ। ਆ ਗਏ ਪੇਪਰ, ਬਾਪੂ ਨੂੰ ਕਿਹਾ ਜੀ ਮੇਰੀ ਟਿਊਸ਼ਨ ਲਾ ਦਿਓ, ਟਿਊਸ਼ਨ ਲਾਤੀ, ਪੜ੍ਹਨਾ ਹੈ ਨਹੀਂ, ਉੱਥੇ ਵੀ ਉਹੀ ਸਿਆਪਾ। ਐਂਡ 'ਤੇ ਆ ਕੇ ਮੂੰਹ ਚੱਕ ਕੇ ਕਹਿ ਦਿੰਦੇ ਹੈਗੇ ਜੀ ਮੈਨੂੰ ਟੀਚਰ ਨੇ ਨਹੀਂ ਪੜ੍ਹਾਇਆ, ਕੋਲੇਜ 'ਚ ਕਲਾਸਾਂ ਨਹੀਂ ਲੱਗਦੀਆਂ ਸੀਗੀਆਂ, ਪ੍ਰੋਪਰ ਦੱਸਿਆ ਨਹੀਂ ਜਾਂਦਾ ਸੀਗਾ। ਆਪਦਾ ਦੋਸ਼ ਛੁਪਾਉਣ ਦੀ ਬਜਾਏ ਅਸੀਂ ਦੂਸਰੇ 'ਤੇ ਦੋਸ਼ ਮੜ ਦਿੰਦੇ ਹੈਗੇ ਹਾਂ। ਇਹ ਮੈਂ ਤਾਂ ਤੁਹਾਨੂੰ ਕਹਿ ਰਿਹਾ, ਰਿਜੈਕਸ਼ਨ ਦਾ ਕਾਰਨ ਕੋਈ ਵੀ ਕੰਟਰੀ ਹੋਵੇ, ਕਿਸੇ ਵੀ ਕੰਟਰੀ ਤੋਂ, ਪਹਿਲੇ ਉਹਦੇ ਰੂਲ ਐਂਡ ਰੈਗੂਲੇਸ਼ਨ ਸਮਝੋ, ਨੈੱਟ 'ਤੇ ਚੈੱਕ ਕਰੋ। ਕੋਈ ਵੀ ਕੰਟਰੀ ਜਾਣਾ, ਤੁਹਾਡੇ ਨਾਲ ਗਰੰਟੀ ਹੈ, ਕੋਈ ਧੋਖਾ ਨਹੀਂ ਕਰ ਸਕਦਾ, ਕਿਸੇ ਨੂੰ ਤੁਸੀਂ ਉਂਗਲੀ ਨਹੀਂ ਚੱਕ ਕਰ ਸਕਦੇ। ਜਦੋਂ ਅਸੀਂ ਕਿਸੇ 'ਤੇ ਉਂਗਲੀ ਚੱਕਦੇ ਹਾਂ ਨਾ, ਤਾਂ 2 ਉਂਗਲੀਆਂ ਸਾਡੇ ਬੰਨੇ ਵੀ ਹੁੰਦੀਆਂ ਵੀ ਤੇਰਾ ਵੀ ਦੋਸ਼ ਹੈਗਾ। ਪਹਿਲੇ ਆਪਦਾ ਦੋਸ਼ ਸਵੀਕਾਰੋ। ਕਹਿਣ ਦਾ ਮਤਲਬ, ਸਿੰਗਾਪੁਰ ਜਾਣਾ, ਪੋਲੈਂਡ ਜਾਣਾ, USA ਜਾਣਾ, ਸਟੱਡੀ ਵੀਜ਼ਾ 'ਤੇ ਜਾਣਾ, ਕਰੀਅਰ ਓਵਰਸੀਜ਼ ਲੈ ਕੇ ਆਇਆ ਤੁਹਾਡੇ ਵਾਸਤੇ ਬਹੁਤ ਵਧੀਆ ਸਕੀਮ, ਜਿਹਦੇ ਵਿੱਚ ਜੇ ਮਿਹਨਤ ਕਰਨ ਵਾਲਾ ਬੱਚਾ ਡਰੇਗਾ ਨਹੀਂ,
ਮੇਰੇ ਕੋਲ ਆ ਜਾਵੇ, ਜਿਹੜਾ ਕਹਿੰਦਾ ਮੈਂ ਮਿਹਨਤ ਨਹੀਂ ਕਰਨੀ, ਪੜ੍ਹਨਾ ਨਹੀਂ ਹੈ, ਸਾਨੂੰ ਫੋਨ ਕਰਨ ਦੀ ਕੋਈ ਲੋੜ ਨਹੀਂ ਹੈਗੀ, ਅਸੀਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ। ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਹੈ, ਪਿੱਛੇ ਜੋ ਮਰਜ਼ੀ ਹੋ ਗਿਆ, ਰਿਜੈਕਸ਼ਨਾਂ ਸੀਗੀਆਂ, ਸਿੰਗਾਪੁਰ, ਪੋਲੈਂਡ, USA ਸਟੱਡੀ ਵੀਜ਼ਾ 'ਤੇ ਜਾਣਾ ਚਾਹੁੰਦੇ ਨੇ, ਇੱਕ ਵਾਰ ਨੰਬਰ ਨੋਟ ਕਰਨ, ਪੇਰੈਂਟਸ ਨੂੰ ਨਾਲ ਲੈ ਕੇ ਸਾਨੂੰ ਚੰਡੀਗੜ੍ਹ ਆ ਕੇ ਜ਼ਰੂਰ ਮਿਲਣ। ਬਿਲਕੁਲ ਦਸ਼ਕੋ, ਯਾਨੀ ਕਿ ਮਾਂ ਪਿਓ ਨੂੰ ਵੀ ਥੋੜ੍ਹਾ ਹੋਰ ਸਮਾਰਟ ਬਣਨਾ ਪਏਗਾ ਅੱਜ ਦੀ ਜਨਰੇਸ਼ਨ ਦੇ ਨਾਲ, ਜਿਹੜਾ ਕਦਮ ਤੋਂ ਕਦਮ ਮਿਲਾ ਕੇ ਚੱਲਣਾ ਪਏਗਾ, ਕਿਉਂਕਿ ਅੱਜ ਕੱਲ੍ਹ ਦੇ ਬੱਚੇ ਬਹੁਤ ਸਮਾਰਟ ਹੈ। ਸੋ ਤੁਹਾਨੂੰ ਵੀ ਥੋੜ੍ਹਾ ਜਿਹਾ ਮਿਸਗਾਈਡ ਕਰ ਸਕਦੇ ਨੇ। ਸੋ ਪੇਰੈਂਟਸ ਨੂੰ ਵੀ ਸਮਝਣ ਦੀ ਲੋੜ ਹੈ ਕਿ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਕੀ ਕਰ ਰਹੇ ਨੇ, ਕਿੱਥੇ ਜਾ ਰਹੇ ਨੇ, ਕਿਵੇਂ ਆਪਣੀ ਪੜ੍ਹਾਈ ਦੇ ਵਿੱਚ ਪੜ੍ਹ ਰਹੇ ਨੇ, ਕੀ ਉਹਨਾਂ ਨੇ ਅੱਗੇ ਕਰਨਾ। ਤੁਹਾਨੂੰ ਉਹਨਾਂ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਇੰਡਲਜ ਹੋਣਾ ਪਏਗਾ। ਥੋੜ੍ਹੇ ਆਪਣੇ ਕੰਮਾਂ ਕਾਰਾਂ ਤੋਂ ਟਾਈਮ ਆਪਣੇ ਬੱਚਿਆਂ ਨੂੰ ਵੀ ਦੇਵੋ, ਜੇ ਤੁਸੀਂ ਉਹਨਾਂ ਦਾ ਫਿਊਚਰ ਹੈ ਜਿਹੜਾ ਉਹ ਸੰਵਾਰਨਾ ਹੈ। ਸੋ ਅੱਜ ਸ਼ੋਅ ਦੇ ਵਿੱਚ ਅਸੀਂ ਸਿੰਗਾਪੁਰ ਦੀ ਗੱਲ ਕੀਤੀ ਹੈ, ਲੇਕਿਨ ਹੁਣ ਅਸੀਂ ਪੋਲੈਂਡ ਦੇ ਜ਼ਰੂਰ ਆਵਾਂਗੇ, ਕਿਉਂਕਿ ਪੋਲੈਂਡ ਦੇ ਕਾਫੀ ਬੱਚਿਆਂ ਦੀ ਕੁਇਰੀਜ਼ ਹੈਗੀਆਂ ਨੇ ਅਤੇ ਕਾਫੀ ਬੱਚੇ ਸਟੂਡੈਂਟਸ ਹੈ ਜਿਹੜੇ ਪੋਲੈਂਡ ਨੂੰ ਸਮਝਣਾ ਚਾਹੁੰਦੇ ਨੇ। ਸੋ ਪੋਲੈਂਡ ਦੀ ਜੇ ਅਸੀਂ ਗੱਲ ਕਰਦੇ ਹਾਂ, ਨੀਰਜ ਜੀ, ਕਿਸ ਤਰ੍ਹਾਂ ਦੀ ਕੰਟਰੀ ਹੈ ਪੋਲੈਂਡ, ਅਤੇ ਕੀ ਇੱਥੇ ਵਿਦਆਊਟ ਆਇਲ ਜਾਣਗੇ, ਵਿਦ ਆਇਲ ਜਾਣਗੇ, ਕੀ ਕ੍ਰਾਈਟੀਰੀਆ ਇੱਥੇ ਜਾਣ ਦਾ? ਇਹਦੇ ਵਿੱਚ ਜੀ ਮੈਂ ਪੋਲੈਂਡ ਪਿਛਲੀ ਵਾਰ ਵੀ ਦੱਸਿਆ ਸੀਗਾ, ਪੋਲੈਂਡ ਇੱਕ ਸ਼ੈਨਿਗਨ ਕੰਟਰੀ ਦਾ ਪਾਰਟ ਹੈਗਾ, ਔਰ ਜਿਹੜੇ ਬੱਚੇ ਜਾਣਾ ਚਾਹੁੰਦੇ ਨੇ ਉਹਨਾਂ ਦਾ ਪਲੱਸ ਟੂ ਪਾਸ ਹੋਣੇ ਚਾਹੀਦੇ ਨੇ, ਕਪਲ ਨੇ ਜਾਣਾ ਉਹਨੂੰ ਵੀ ਸਟੱਡੀ ਵੀਜ਼ਾ 'ਤੇ ਜਾਣਾ ਪਏਗਾ। ਜਿਹੜੇ ਬੱਚਿਆਂ ਦੀ ਰਿਜੈਕਸ਼ਨ ਹੈ, ਬੈਂਡ ਨਹੀਂ ਹੈਗੇ, ਆਈਲੈਟਸ ਨਹੀਂ ਕੀਤਾ, ਜੇ ਕੀਤਾ ਵੀ ਹੈ ਰਿਜੈਕਸ਼ਨ ਹੈ, ਉਹ ਵੀ ਪੋਲੈਂਡ ਸਟੱਡੀ ਵੀਜ਼ਾ 'ਤੇ ਜਾ ਸਕਦੇ ਨੇ। ਲੱਖ ਸਵਾ ਲੱਖ ਰੁਪਿਆ ਮਹੀਨਾ ਸਟੱਡੀ ਵੀਜ਼ਾ 'ਤੇ ਬੇਸ 'ਤੇ ਜਾ ਕੇ ਹਫ਼ਤੇ 'ਚ 2-3 ਦਿਨ ਕਲਾਸਾਂ ਲਗਵਾ ਕੇ ਕਮਾਇਆ ਜਾ ਸਕਦਾ, ਬਟ ਉਹਦੇ ਵਾਸਤੇ ਕੁਛ ਪੈਰਾਮੀਟਰਸ ਨੇ, ਕੁਛ ਰੂਲ ਐਂਡ ਰੈਗੂਲੇਸ਼ਨ ਨੇ। ਜਿਹੜੇ ਬੱਚੇ ਮੇਰਾ ਇਹ ਪ੍ਰੋਗਰਾਮ ਵੇਖ ਰਹੇ ਨੇ, ਜਿਹੜੇ ਨਵੇਂ ਦਰਸ਼ਕ ਜੁੜਦੇ ਨੇ ਮੇਰੇ, ਮੇਰਾ ਇਹ ਪ੍ਰੋਗਰਾਮ ਆਏ ਸ਼ਨੀਵਾਰ ਅਤੇ ਐਤਵਾਰ 5:30 ਵਜੇ ਜੀ ਪੰਜਾਬ 'ਤੇ ਆਉਂਦਾ। ਮੈਂ ਹੋਰ ਟੀਵੀਆਂ 'ਤੇ ਵੀ ਅਲੱਗ ਅਲੱਗ ਟਾਈਮ 'ਤੇ ਆਉਂਦਾ ਹੈਗਾ, ਜੇ ਉਹ ਵੀ ਤੁਸੀਂ ਸਾਡੇ ਨੰਬਰ 'ਤੇ ਫੋਨ ਕਰਕੇ ਪੁੱਛ ਸਕਦੇ ਹੈਗੇ ਹੋ। ਬਟ ਇੱਕ ਗੱਲ ਕਰੀਅਰ ਓਵਰਸੀਜ਼ ਹਮੇਸ਼ਾ ਦੱਸਦਾ, ਸਹੀ ਅਤੇ ਸੱਚੀ ਸਲਾਹ ਦੇਣੀ, ਬੰਦਾ ਆਵੇ ਨਾ ਆਵੇ, ਵੀਜ਼ਾ ਅਪਲਾਈ ਕਰੇ ਨਾ ਕਰੇ, ਸਲਾਹ ਅਸੀਂ ਉਹਦੀ ਵਧੀਆ ਦੇ ਦੇਣੀ ਹੈ। ਔਰ ਮੇਰੇ ਜਿਹੜੇ ਵਟਸਐਪ ਨੰਬਰ ਹੈ, 100 ਬੰਦਿਆਂ ਨੂੰ ਮੈਂ ਡੇਲੀ ਸਮਝਾਉਂਦਾ, ਵਰਕ ਪਰਮਿਟ ਨਹੀਂ ਹੁੰਦਾ, ਤੁਹਾਡਾ ਇਹ ਵੀਜ਼ਾ ਨਹੀਂ ਲੱਗ ਸਕਦਾ, ਕੱਟ ਸੱਟ ਵਿੱਚ ਮੈਂ ਉਹਨਾਂ ਨੂੰ ਸਮਝਾ ਦਿੰਦਾ ਹੈਗਾ, ਬਟ ਫਿਰ ਵੀ ਕਈ ਜਨਤਾ ਮਾਰ ਖਾ ਜਾਂਦੀ ਹੈ, ਨੇੜੇ ਤੇੜੇ ਸਾਡਾ ਕਹਿਣਾ ਨਹੀਂ ਮੰਨਦੀ, ਅਪਲਾਈ ਕਰਦੀ ਹੈ, ਵੀਜ਼ਾ ਰਿਜੈਕਟ ਹੋ ਜਾਂਦਾ। ਪੋਲੈਂਡ ਜੇ ਸਟੱਡੀ ਵੀਜ਼ਾ ਵਾਸਤੇ ਜਾਣਾ, 10ਵੀਂ ਜਾਂ 12ਵੀਂ ਦਾ ਸਰਟੀਫਿਕੇਟ, ਪਾਸਪੋਰਟ ਫੋਟੋਆਂ, 5.5 ਲੱਖ ਰੁਪਏ ਦੀ ਬੈਂਕ ਸਟੇਟਮੈਂਟ, ਬੈਂਕ ਬੈਲੈਂਸ ਚਾਹੀਦਾ, ਜਿਹਨੂੰ ਆਪਾਂ ਫੰਡ ਦਾ ਨਾਮ ਦਿੰਦੇ ਹੈਗੇ ਹਾਂ। ਪੋਲੈਂਡ ਸਟੱਡੀ ਵੀਜ਼ਾ ਦੇ ਵਾਸਤੇ ਜਿਹੜੇ ਬੱਚੇ ਜਾਣਗੇ, ਉਹਨਾਂ ਦਾ ਇੱਕ ਪਹਿਲੇ ਸਕਾਈਪ 'ਤੇ ਇੰਟਰਵਿਊ ਹੋਏਗਾ ਕਾਲਜ ਵੱਲੋਂ, ਉਸ ਤੋਂ ਬਾਅਦ ਐਮਬੈਸੀ ਇੰਟਰਵਿਊ ਲੈਂਦੀ ਹੈ, ਬਟ ਇੰਟਰਵਿਊ ਹੈ ਸਿਰਫ 1 ਮਿੰਟ ਦਾ। ਮਿੰਟ ਦੇ ਵਿੱਚ ਕੀ ਕੀ ਪੁੱਛਿਆ ਜਾਂਦਾ, ਤੁਸੀਂ ਕੀ ਨਾਮ ਹੈ ਤੁਹਾਡਾ, ਉਮਰ ਕਿੰਨੀ ਹੈਗੀ ਹੈ, ਪੋਲੈਂਡ ਕਿਉਂ ਜਾਣਾ ਚਾਹੁੰਦੇ ਹੋ, ਕੋਰਸ ਕਿਹੜਾ ਹੈ, ਕਿਉਂ ਕੋਰਸ ਲਿਆ, ਫਿਊਚਰ ਗੋਲ ਕੀ ਨੇ, ਇਹ ਸਾਰੀਆਂ ਚੀਜ਼ਾਂ ਅਸੀਂ ਪਹਿਲਾਂ ਹੀ ਤੁਹਾਨੂੰ ਯੂਨੀਵਰਸਿਟੀ, ਜਿਹੜੀ ਅਸੀਂ ਕਾਲਜ ਜਾਂ ਯੂਨੀਵਰਸਿਟੀ ਹੈ, ਅਸੀਂ ਕੋਈ ਫੀਸ ਐਡਵਾਂਸ ਨਹੀਂ ਲੈ ਰਹੇ ਕਾਲਜ ਜਾਂ ਯੂਨੀਵਰਸਿਟੀ ਦੀ, ਸਿਰਫ 25-30 ਹਜ਼ਾਰ ਰੁਪਏ ਦਾ ਖਰਚਾ ਜੇ ਪੋਲੈਂਡ ਸਟੱਡੀ ਵੀਜ਼ਾ ਵਾਸਤੇ ਤੁਸੀਂ ਅਪਲਾਈ ਕਰਨਾ। ਬਟ ਉਹ ਬੱਚੇ ਆਣ ਜਿਹੜੇ ਮਾੜਾ ਮੋਟਾ ਇੰਟਰਵਿਊ ਫੇਸ ਕਰਨਾ ਜਾਣਦੇ ਹੈ, ਥੋੜ੍ਹਾ ਜਿਹਾ ਕੌਨਫੀਡੈਂਟ ਨੇ, ਰਿਜੈਕਸ਼ਨ ਹੈ ਤਾਂ ਵੀ ਕੋਈ ਪ੍ਰੋਬਲਮ ਨਹੀਂ, ਜੇ ਨਵੇਂ ਪੋਲੈਂਡ ਜਾਣਾ ਚਾਹੁੰਦੇ ਨੇ ਤਾਂ ਉਹ ਇੱਕ ਵਾਰ ਸਾਨੂੰ ਆ ਕੇ ਮਿਲਣ, ਇੰਟਰਵਿਊ ਦੀ ਤਿਆਰੀ ਦੀ ਗਰੰਟੀ ਅਸੀਂ ਲੈਂਦੇ ਹਾਂ, ਸਿਰਫ 2 ਦਿਨ ਦੇ ਵਿੱਚ ਤਿਆਰੀ ਹੋ ਜਾਂਦੀ ਹੈਗੀ ਹੈ। ਕਾਲਜ ਵੀ ਬਹੁਤ ਸਪੋਰਟ ਕਰਦਾ ਹੈਗਾ, ਕਾਲਜ ਦੀ ਫੀਸ, ਯੂਨੀਵਰਸਿਟੀ ਦੀ ਫੀਸ ਅਸੀਂ ਕੋਈ ਐਡਵਾਂਸ ਨਹੀਂ ਲੈ ਰਹੇ, ਵੀਜ਼ੇ ਤੋਂ ਬਾਅਦ ਹੈਗੇ ਆ। ਸਾਡੇ ਕੋਲ ਹੁਣ ਜਿਹੜਾ ਹੈਗਾ ਫਰਵਰੀ ਮਾਰਚ ਦਾ ਇਨਟੇਕ ਹੈਗਾ, ਜਿਹੜੇ ਬੱਚੇ ਪੋਲੈਂਡ ਸਟੱਡੀ ਵੀਜ਼ਾ 'ਤੇ ਜਾਣਾ ਚਾਹੁੰਦੇ ਨੇ, ਕਪਲ ਜਾਣਾ ਚਾਹੁੰਦਾ, ਸਪਾਊਸ ਜਾਣਾ ਚਾਹੁੰਦਾ, ਰਿਜੈਕਸ਼ਨ ਹੈਗੀ ਹੈ, 10ਵੀਂ 12ਵੀਂ ਪਾਸ ਹੈ, ਸਟੱਡੀ ਵੀਜ਼ਾ ਦੀ ਗੱਲ ਕਰ ਰਹੇ ਹਾਂ, 10ਵੀਂ 12ਵੀਂ ਪਾਸ ਬੱਚੇ ਵੀ 4-5 ਸਾਲ ਦੇ ਗੈਪ ਵਾਲੇ ਪੋਲੈਂਡ ਸਟੱਡੀ ਵੀਜ਼ਾ 'ਤੇ ਜਾ ਸਕਦੇ ਨੇ। ਪੋਲੈਂਡ ਪੜ੍ਹਨ ਦੇ ਨਾਲ 1 ਜਾਂ 2 ਮਹੀਨੇ ਬਾਅਦ ਪੁਰਤਗਾਲ, ਮਾਲਟਾ, ਸਪੇਨ, ਜਰਮਨੀ, ਜਿੱਥੇ ਮਰਜ਼ੀ ਤੁਸੀਂ ਜਾਣਾ ਚਾਹੋ, ਘੁੰਮਣਾ ਚਾਹੋ, ਆਪਦੇ ਰਿਸ਼ਤੇਦਾਰਾਂ ਕੋਲ ਜਾਣਾ ਚਾਹੋ, ਤੁਸੀਂ ਜਾਇਆ ਜਾ ਸਕਦਾ। ਬਟ ਇੱਕ ਚੀਜ਼ ਮੈਂ ਦੱਸ ਦੇਣਾ ਹੈਗਾ, ਸਾਨੂੰ ਪੁਰਤਗਾਲ, ਮਾਲਟਾ, ਜਰਮਨੀ, ਫਰਾਂਸ, ਇਹ 4 ਕੰਟਰੀਆਂ ਵਾਸਤੇ ਸਾਨੂੰ ਫੋਨ ਨਾ ਕਰਿਆ ਕਰੋ, ਇਹਦੇ ਕੋਈ ਵੀਜ਼ੇ ਨਹੀਂ ਹੁੰਦੇ, ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ। ਕਦੇ ਕਿਸੇ ਨੂੰ ਕਿਹਾ ਜਾਂਦਾ ਵੀ ਤੇਰਾ ਮੈਂ 5 ਲੱਖ 'ਚ ਵੀਜ਼ਾ ਕਰਾ ਦਾਂਗਾ, 6 ਲੱਖ 'ਚ ਕਰਾ ਦਾਂਗਾ। ਪੁਰਤਗਾਲ, ਮਾਲਟਾ ਅੰਬੈਸੀ ਵੀਜ਼ਾ ਨਹੀਂ ਦਿੰਦੀ ਸਟੂਡੈਂਟ ਵੀਜ਼ਾ ਨੂੰ, ਕਾਫੀ ਟਫ ਹੈਗਾ। ਜਰਮਨੀ ਬਿਲਕੁਲ ਨਹੀਂ ਦਿੰਦੀ, ਫਰਾਂਸ ਬਿਲਕੁਲ ਨਹੀਂ ਦਿੰਦਾ। ਜੇ ਹਾਂ ਤੁਸੀਂ ਜਾਣਾ ਹੀ ਹੈ, ਤੁਹਾਡੇ ਕੋਲ ਬੈਂਡ ਹੈਗੇ ਹੈ, ਇੰਟਰਵਿਊ ਫੇਸ ਚੰਗਾ ਕਰ ਸਕਦੇ ਹੋ, ਅਤੇ ਮੈਂ 4 ਕੰਟਰੀਆਂ ਵੀ ਭੇਜ ਸਕਦਾ ਹੈਗਾ। ਬਟ ਜਿਹੜਾ ਅੱਜ ਲੀਨੀਅੰਟ ਹੈ, ਬਹੁਤ ਘੱਟ ਪੁੱਛਦਾ, ਉਹ ਪੋਲੈਂਡ ਹੈ ਜਾਂ ਲੁਥਾਨੀਆ ਹੈ, 2 ਕੰਟਰੀਆਂ ਨੇ ਜਿਹੜਾ ਬਹੁਤ ਘੱਟ ਪੁੱਛਦੀਆਂ ਨੇ ਔਰ ਤੁਹਾਨੂੰ ਵੀਜ਼ਾ ਦੇ ਦਿੰਦੀਆਂ ਹੈਗੀਆਂ। ਪੋਲੈਂਡ ਬਾਰੇ ਕੁਛ ਵੀ ਪੁੱਛਣਾ, ਮੇਰਾ ਆਏ ਸ਼ਨੀ ਐਤਵਾਰ ਪ੍ਰੋਗਰਾਮ ਆਉਂਦਾ ਜੀ ਪੰਜਾਬ, 5:30 ਵਜੇ, ਮੇਰਾ ਨੰਬਰ ਸੇਵ ਕਰਿਆ ਕਰੋ, ਹੋਰਾਂ ਨੂੰ ਵੀ ਦਿਆ ਕਰੋ। ਜੇ ਕਿਸੇ ਨੇ ਟੂਰਿਸਟ ਵੀਜ਼ਾ ਵੀ ਲੈਣਾ,
ਤੇ ਇੱਕ ਵਾਰ ਅਪਾਇੰਟਮੈਂਟ ਲੈ ਕੇ ਖੰਨਾ ਲੁਧਿਆਣਾ ਜਾਂ ਚੰਡੀਗੜ੍ਹ ਆਫਿਸ ਮੈਨੂੰ ਮਿਲ ਸਕਦੇ ਹੈਗੇ। ਨੀਰਜ ਜੀ, ਜਦੋਂ ਵੀ ਸਟੂਡੈਂਟ ਕਿਸੇ ਇੱਦਾਂ ਦੀ ਕੰਟਰੀ ਦੇ ਵਿੱਚ ਜਾਂਦਾ ਜਿਹਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ, ਔਰ ਅਕਸਰ ਕਾਲਜ ਦੀ ਯੂਨੀਵਰਸਿਟੀਜ਼ ਨੂੰ ਲੈ ਕੇ ਡਰਦਾ ਆ, ਸੋ ਜਿਵੇਂ ਕਿ UK ਦੇ ਵਿੱਚ ਸਟੂਡੈਂਟਸ ਨਾਲ ਹੋਇਆ ਕਿ ਕਾਲਜ ਯੂਨੀਵਰਸਿਟੀਜ਼ ਬੰਦ ਹੋ ਗਈਆਂ, ਅਤੇ ਸਟੂਡੈਂਟਸ ਨੂੰ ਕਿਤੇ ਨਾ ਕਿਤੇ ਹੁਣ ਡਰ ਲੱਗਾ ਰਹਿੰਦਾ ਕਿ ਅਸੀਂ ਕਿਹੜੇ ਵੀ ਦੇਸ਼ 'ਚ ਜਾਈਏ ਕਿ ਉਹ ਯੂਨੀਵਰਸਿਟੀ ਸਿਕਿਓਰ ਹੈ, ਕਿ ਉਹ ਛੇਤੀ ਬੰਦ ਤਾਂ ਨਹੀਂ ਹੋਵੇਗੀ, ਕਿਤੇ ਕੀ ਤਾਂ ਸਾਡਾ ਜਿਹੜਾ ਫਿਊਚਰ ਹੈ ਉਹ ਰਿਊਨ 'ਤੇ ਨਹੀਂ ਹੋ ਜਾਏਗਾ, ਅਤੇ ਪੋਲੈਂਡ ਦੇ ਵਿੱਚ ਕਿਸ ਤਰ੍ਹਾਂ ਦੀ ਯੂਨੀਵਰਸਿਟੀਜ਼ ਜਾਂ ਕਾਲਜਿਸ ਹੈਗੇ ਨੇ? ਮੇਰੇ ਕੋਲ ਜਿਹੜੇ ਚਾਹੇ ਸਿੰਗਾਪੁਰ ਹੈ, ਚਾਹੇ USA ਹੈ, ਚਾਹੇ ਸਾਈਪ੍ਰਸ ਹੈ, ਚਾਹੇ ਪੋਲੈਂਡ ਹੈ, ਸਾਰੇ ਜਿਹੜੇ ਕਾਲਜ ਜਾਂ ਯੂਨੀਵਰਸਿਟੀਆਂ ਪਹਿਲੇ ਅਸੀਂ ਕੋਈ ਨਾ ਕੋਈ ਬੰਦਾ ਉੱਥੇ ਭੇਜਦੇ ਹਾਂ, ਉੱਥੋਂ ਰਿਪੋਰਟ ਆਉਂਦੀ ਹੈ ਸਾਰਾ ਕੁਝ। ਪਹਿਲੇ ਤਾਂ ਅਸੀਂ ਨੈੱਟ 'ਤੇ ਹੀ ਅੱਧੇ ਤੋਂ ਜ਼ਿਆਦਾ ਤਾਂ ਸਰਚ ਕਰ ਲੈਂਦੇ ਹੈਗੇ ਹਾਂ। ਸਾਡਾ ਅੱਜ ਤੱਕ UK ਦਾ ਵੀ ਰਿਕਾਰਡ ਹੈ, ਮੈਂ 2009 ਤੋਂ ਇਹ ਕੰਮ ਕਰ ਰਿਹਾ, UK ਦਾ ਜਿਹੜਾ ਵੀਜ਼ਾ 2009-10 ਦੇ ਵਿੱਚ ਬਹੁਤ ਚੱਲਿਆ ਸੀਗਾ, ਮੈਂ ਵੀ 100-125 ਬੰਦਾ ਭੇਜਿਆ ਸੀਗਾ, ਬਟ ਮੇਰਾ ਕਾਲਜ ਜਾਂ ਯੂਨੀਵਰਸਿਟੀ ਬੰਦ ਨਹੀਂ ਹੋਈ ਕਿਉਂਕਿ ਅਸੀਂ ਚੈੱਕ ਕੀਤਾ। ਆਮ ਏਜੰਟਸ ਕੀ ਕਰਦੇ ਨੇ, ਝੋਲਾ ਛਾਪ ਏਜੰਟ ਤੁਹਾਡੇ ਜਿਹੜੇ ਨੇੜੇ ਤੇੜੇ ਤੁਹਾਡੇ ਗਲੀ ਗਵਾਂਢ ਦੇ ਵਿੱਚ ਰਹਿੰਦੇ ਆ, ਛੋਟੀਆਂ ਮੋਟੀਆਂ ਦੁਕਾਨਾਂ ਪਾ ਕੇ ਬੈਠੇ ਨੇ, ਸਾਰਾ ਦਿਨ ਵਿਹਲੇ ਰਹਿੰਦੇ ਆ, ਫੇਸਬੁੱਕ 'ਤੇ ਮੱਛੀ ਫੜਨ ਨੂੰ ਫਿਰਦੇ ਆ ਵੀ ਕੋਈ ਨਾ ਕੋਈ ਸਾਮੀ ਲੱਭ ਜਾਵੇ। ਅਸੀਂ ਇਹ ਕੰਮ ਨਹੀਂ ਕਰਦੇ, ਅਸੀਂ ਤੁਹਾਨੂੰ ਇੱਕੋ ਚੀਜ਼ ਦੱਸਣੀ ਆ ਵੀ ਤੂੰ ਜਾ ਸਕਦਾ ਕਿ ਨਹੀਂ ਜਾ ਸਕਦਾ, ਜੇ ਨਹੀਂ ਜਾ ਸਕਦਾ ਤਾਂ ਤੂੰ ਕਿਹੜੀ ਕੰਟਰੀ ਜਾ ਸਕਦਾ, ਅਤੇ ਉਹਨੇ ਕੀ ਕਰਨਾ, ਕੰਸਲਟੈਂਟ ਝੋਲਾ ਛਾਪ ਨੇ ਨੇੜੇ ਤੇੜੇ ਜਿੰਨੇ ਵੀ ਹੈਗੇ ਆ, ਉਹਨੇ ਕੀ ਕਰਨਾ, ਉਹਨੇ ਕਹਿਣਾ ਵੀ ਇਹਨੂੰ ਜੇ ਅੱਛਾ ਜਰਮਨੀ ਅੱਛਾ ਪਾਸਪੋਰਟ ਰੱਖ ਜਾ, 3 ਮਹੀਨੇ ਬਾਅਦ ਭੇਜ ਦਿਆਂਗੇ, 8 ਲੱਖ ਰੁਪਇਆ ਲੈ ਲਾਂਗੇ। ਉਹਨੇ ਕੀ ਕਰਨਾ, ਸਾਡੇ ਵਰਗੇ ਤੋਂ ਹੋਰ XYZ-ਆਂ ਤੋਂ ਪੁੱਛਣਾ ਜੀ ਹਾਂਜੀ ਜਰਮਨੀ ਭੇਜ ਦਿਓਗੇ, ਮੇਰੇ ਕੋਲ ਇੱਕ ਪਿੰਡ ਦਾ ਮੁੰਡਾ ਹੈਗਾ, ਮੇਰੇ ਪਿੰਡ ਦਾ ਮੁੰਡਾ ਹੈਗਾ। ਉਹਨੇ ਇਹ ਨਹੀਂ ਦੇਖਣਾ ਵੀ ਤੁਸੀਂ ਜਾ ਹੀ ਨਹੀਂ ਸਕਦੇ, ਉਹਨੂੰ ਆਪ ਹੀ ਨੌਲੇਜ ਨਹੀਂ ਹੈਗੀ। ਇਸ ਕਰਕੇ ਐਵੇਂ ਦੇ ਫਰੋਡ ਚੱਕਰਾਂ ਦੇ ਵਿੱਚ ਨਾ ਪਿਆ ਕਰੋ, ਸਹੀ ਰਸਤਾ ਅਪਣਾਇਆ ਕਰੋ। ਕਈ ਸਾਨੂੰ ਕਹਿੰਦੇ ਆ ਜੀ ਕੋਈ ਗੇਮ ਹੈਗੀ ਹੈ ਕੁੜੀ ਦੀ, ਆਈਲੈਟਸ ਵਾਲੀ ਕੁੜੀ ਹੈ, ਕਈ ਸਾਨੂੰ ਕਹਿੰਦੇ ਆ ਜੀ ਕੋਈ ਗੇਮ ਹੈਗੀ ਹੈ ਜਰਮਨੀ ਦੀ, 10 ਲੱਖ ਰੁਪਇਆ ਦੇ ਦਿਆਂਗੇ। ਐਵੇਂ ਦੇ ਬੰਦੇ ਸਾਨੂੰ ਨਾ ਫੋਨ ਕਰਨ, ਨਾ ਇਹ ਐਵੇਂ ਦੀ ਹੁੰਦੀ। ਕੱਲ੍ਹ ਨੂੰ ਪੇਪਰਾਂ 'ਚ ਪੜ੍ਹਦੇ ਹੋ ਤੁਹਾਡਾ ਵੀ ਨਾਮ ਆ ਸਕਦਾ ਜੀ, ਆਹ ਬੰਦਾ ਫੜਿਆ ਗਿਆ ਉੱਥੇ ਕਿਤੇ ਕ੍ਰੋਸ ਕਰਦਾ ਹੋਇਆ, ਬਾਰਡਰ ਕ੍ਰੋਸ ਕਰਦਾ ਹੋਇਆ ਫੜਿਆ ਗਿਆ। ਐਵੇਂ ਦੇ ਗਲਤ ਚੱਕਰਾਂ ਦੇ ਵਿੱਚ ਨਾ ਪਿਆ ਕਰੋ। ਪੋਲੈਂਡ ਦਾ ਜੇ ਸਟੱਡੀ ਵੀਜ਼ਾ ਲੈਣਾ, ਬੇਸਿਕਲੀ ਪੋਲੈਂਡ ਦਾ ਸਟੱਡੀ ਵੀਜ਼ਾ ਜਾਂ ਸਿੰਗਾਪੁਰ ਦਾ ਸਟੱਡੀ ਵੀਜ਼ਾ ਜਾਂ ਸਾਈਪ੍ਰਸ ਦਾ ਜਾਂ USA ਦਾ ਸਟੱਡੀ ਵੀਜ਼ਾ ਇੱਕ ਬੰਦੇ ਦਾ ਬਹਾਨਾ ਹੁੰਦਾ। ਬੇਸਿਕਲੀ ਉਹਨੇ ਜਾ ਕੇ ਤਾਂ ਪੜ੍ਹਨਾ ਨਹੀਂ, ਕੰਮ ਕਰਨਾ ਹੁੰਦਾ। ਪੜ੍ਹਨਾ ਤਾਂ ਇੱਕ ਨਾਮ ਦਾ ਹੈਗਾ ਵੀ ਮੈਂ ਕੋਰਸ ਪਾਸ ਕਰਾਂਗਾ ਅਤੇ ਮੈਂ ਅੱਗੇ ਮੈਨੂੰ ਕੰਮ ਕਰਨ ਦੇ ਰਾਈਟਸ ਅਤੇ ਰਹਿਣ ਦੇ ਉਸ ਕੰਟਰੀ ਦੇ ਰਾਈਟਸ ਮਿਲ ਜਾਂਦੇਗੇ। ਇਸ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਜਿਹਨ 'ਚ ਬਿਠਾ ਕੇ ਫੋਕਸ ਸੈੱਟ ਕਰਕੇ ਆਸਟ੍ਰੇਲੀਆ ਜਾਣਾ, ਕੈਨੇਡਾ ਜਾਣਾ, ਨਿਊਜ਼ੀਲੈਂਡ ਜਾਣਾ, ਸਟੱਡੀ ਵੀਜ਼ਾ 'ਤੇ ਮੈਂ ਕਰਦਾ ਹੈਗਾ। ਬਟ ਉਹਦੇ ਵਾਸਤੇ ਬੈਂਡ ਦੀ ਰਿਕੁਆਇਰਮੈਂਟ ਹੈ, ਗੈਪ ਜ਼ਿਆਦਾ ਨਹੀਂ ਹੋਣਾ ਚਾਹੀਦਾ। ਜੇ ਕਿਸੇ ਯਾਰ ਦੋਸਤ ਤੁਹਾਡੇ ਸੱਜਣ ਮਿੱਤਰਾਂ ਦਾ ਵੀਜ਼ਾ ਕਿਸੇ ਵੀ ਕੰਟਰੀ ਦਾ ਰਿਜੈਕਟ ਹੋਇਆ ਜਾਂ ਕਰਨ ਜਾ ਰਹੇ ਨੇ, ਯਾਦ ਰੱਖਣਾ ਸਟੱਡੀ ਵੀਜ਼ਾ ਜਾਂ ਟੂਰਿਸਟ ਵੀਜ਼ਾ, ਇੱਕ ਵਾਰ ਕਰੀਅਰ ਓਵਰਸੀ ਦਾ ਨੰਬਰ ਉਹਨਾਂ ਨੂੰ ਜ਼ਰੂਰ ਦਿਓ। ਸਾਨੂੰ ਜਿਹੜਾ ਬੰਦਾ ਆ ਕੇ ਮਿਲਿਆ ਉਹਦਾ 100% ਪੈਸਾ ਅਤੇ ਟਾਈਮ ਸੇਵ ਹੋਇਆ, ਔਰ ਜਿਹੜਾ ਸਾਨੂੰ ਕਹਿੰਦਾ ਜੀ ਨਹੀਂ ਮੈਂ ਨਹੀਂ ਆ ਸਕਦਾ, ਸਾਨੂੰ ਚੈਟ 'ਤੇ ਹੀ ਸਮਝਾ ਦਿਓ, ਫੋਨ 'ਤੇ ਵੀ ਸਮਝਾ ਦਿਓ, ਉਹਨਾਂ ਦਾ ਆਈ ਵਾਰ ਪੈਸਾ ਅਤੇ ਟਾਈਮ ਖਰਾਬ ਹੋਇਆ, ਔਰ 6 ਮਹੀਨੇ ਬਾਅਦ ਉਹ ਧੱਕੇ ਖਾ ਕੇ ਫਿਰ ਕਰੀਅਰ ਓਵਰਸੀਜ਼ ਆ ਕੇ ਵੀਜ਼ਾ ਅਪਲਾਈ ਕਰਕੇ ਗਏ ਨੇ। ਇਸ ਕਰਕੇ ਮੈਂ ਇਹ ਨਹੀਂ ਚਾਹੁੰਦਾ ਵੀ ਤੁਹਾਡਾ ਪੈਸਾ ਅਤੇ ਟਾਈਮ ਖਰਾਬ ਹੋਵੇ। ਇੱਕ ਵਾਰ ਖੰਨੇ, ਲੁਧਿਆਣੇ ਜਾਂ ਚੰਡੀਗੜ੍ਹ ਆਫਿਸ ਵਿਜ਼ਿਟ ਕਰੋ, ਓਰਿਜਨੈਲਿਟੀ ਹੈ ਕਿ ਕਿਸ ਕੰਟਰੀ ਦੀ ਐਲੀਜੀਬਲ, ਕਿਹੜੀ ਕੰਟਰੀ 'ਚੋਂ, ਕਿਹੜੇ 'ਚ ਨਹੀਂ ਹੋ, ਸਾਡੇ ਤੋਂ ਲਿਖਵਾ ਕੇ ਲੈ ਜਾਓ। ਜੇ ਉਹ ਬੰਦਾ ਕੋਈ XYZ ਕੰਸਲਟੈਂਟ ਕਹਿੰਦਾ ਮੈਂ ਨਹੀਂ, ਮੈਂ ਇਹ ਕਰੀਅਰ ਓਵਰਸੀਜ਼ ਕਹਿ ਰਿਹਾ ਗਲਤ ਹੈ, ਅਤੇ ਮੈਂ ਉਹਨੂੰ ਟਿਕਟ ਫਰੀ ਦਿਆਂਗਾ ਜੇ ਉਹ ਤੁਹਾਡਾ ਵੀਜ਼ਾ ਕਰਵਾ ਦੇਗਾ। ਕਹਿਣ ਦਾ ਮਤਲਬ ਹੈ ਰੂਲ ਐਂਡ ਰੈਗੂਲੇਸ਼ਨ ਸਾਰੀ ਕੰਟਰੀਆਂ ਦੇ ਸੇਮ ਹੈ, ਸਿਰਫ ਜਿਹੜੇ ਕੰਸਲਟੈਂਟ ਹੈ ਉਹ ਆਪਦੇ ਹਿਸਾਬ ਨਾਲ, ਆਪਦੀ ਠੱਗੀ ਦੇ ਹਿਸਾਬ ਨਾਲ ਅਲੱਗ ਅਲੱਗ ਕਹਿ ਕੇ ਵੇਚਦੇ ਨੇ। ਕੋਈ ਸਪਸ਼ਟ ਦੱਸ ਦਿੰਦਾ ਅਤੇ ਕੋਈ ਘੁਮਾ ਫਿਰਾ ਕੇ ਪੈਸੇ ਕਮਾ ਲੈਂਦਾ, ਉਹ ਰਿਜੈਕਟ ਕਰਾ ਕੇ ਫਿਰਾ ਦਿੰਦਾ। ਇਸ ਕਰਕੇ ਨਾ ਕਰੀਅਰ ਓਵਰਸੀਜ਼ ਨੇ ਐਵੇਂ ਦਾ ਕੀਤਾ, ਨਾ ਕਦੇ ਕਰੇਗਾ। ਜੀ ਬਿਲਕੁਲ ਦਰਸ਼ਕੋ, ਯਾਨੀ ਕਿ ਬਿਲਕੁਲ ਸਹੀ ਅਤੇ ਸੱਚੀ ਸਲਾਹ ਲੈਣ ਵਾਸਤੇ ਤੁਸੀਂ ਕਰੀਅਰ ਓਵਰਸੀਜ਼ ਦੇ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਇਹਨਾਂ ਦੇ ਫੋਨ ਨੰਬਰ ਅਤੇ ਐਡਰੈਸ ਲਗਾਤਾਰ ਫਲੈਸ਼ ਹੋ ਰਹੇ ਨੇ ਸਾਡੇ TV ਸਕਰੀਨ 'ਤੇ, ਕਿਉਂਕਿ ਜਦੋਂ ਵੀ ਤੁਸੀਂ ਕਿਸੇ ਕੰਟਰੀ ਵਾਸਤੇ ਆਪਣੀ ਫਾਈਲ ਨੂੰ ਲਗਾਉਣਾ ਹੈ ਤਾਂ ਬਹੁਤ ਜ਼ਰੂਰੀ ਇੱਕ ਸਹੀ ਕੰਸਲਟੈਂਟ ਨੂੰ ਚੂਜ਼ ਕਰਨਾ, ਕਿਉਂਕਿ ਤੁਹਾਡੀ ਡਾਕੂਮੈਂਟੇਸ਼ਨ ਹਮੇਸ਼ਾ ਇੱਕ ਐਕਸਪਰਟ ਦੇ ਹੱਥੋਂ ਹੋਣੀ ਚਾਹੀਦੀ ਹੈ। ਹੁਣ ਜੇ ਅਸੀਂ ਗੱਲ ਕਰਦੇ ਹਾਂ USA ਦੀ, ਕਿਉਂਕਿ USA ਵੀ ਲਾਸਟ ਟਾਈਮ ਅਸੀਂ ਡਿਸਕਸ ਕੀਤਾ ਸੀ ਇਸ ਸ਼ੋਅ ਦੇ ਵਿੱਚ, USA ਦਾ ਫਿਲਹਾਲ ਸਕਸੈਸ ਰੇਟ ਕੀ ਜਾ ਰਿਹਾ, ਕਿਉਂਕਿ ਜਿਸ ਤਰੀਕੇ ਨਾਲ ਫਾਈਲਿੰਗ ਹੋ ਰਹੀ ਹੈ USA ਦੀ, ਨੀਰਜ ਜੀ, ਕੀ ਉਸ ਤਰੀਕੇ ਨਾਲ ਰਿਜ਼ਲਟਸ ਵੀ ਜਿਹੜੇ ਸਾਹਮਣੇ ਆ ਰਹੇ ਨੇ? ਨਹੀਂ ਜੀ, ਮੈਂ ਇੱਕ ਗੱਲ ਦੱਸ ਦੇਣਾ ਹੈਗਾ, ਅੱਜ ਮੈਂ ਕੋਈ ਵੀ ਪੇਪਰ ਚੱਕਾਂ ਜਾਂ ਕੋਈ ਵੀ TV ਵੇਖਾਂ, USA ਦੀ ਐਡ ਇੰਨੀ ਦਿੱਤੀ ਜਾ ਰਹੀ ਹੈ, ਜੇ ਅੱਧੇ ਏਜੰਟ ਨੂੰ ਪੁੱਛ ਲਓ ਨਾ ਵੀ USA ਦੀ ਫੁੱਲ ਫਾਰਮ ਕੀ ਹੈ, ਤਾਂ ਉਹਨੂੰ ਪਤਾ ਹੀ ਨਹੀਂ ਹੋਣੀ, ਉਹਨੇ ਅਮਰੀਕਾ ਹੀ ਕਹਿਣਾ। ਔਰ USA ਐਵੇਂ ਵੇਚਿਆ ਜਾ ਰਿਹਾ ਜਿਵੇਂ ਆਪਣੇ
ਪਿੰਡਾਂ ਸ਼ਹਿਰਾਂ ਦੇ ਵਿੱਚ ਆਲੂ ਗੋਭੀ ਵਿਕਦੀ ਹੈ, ਐਵੇਂ USA ਦਾ ਸਟੱਡੀ ਵੀਜ਼ਾ ਨਹੀਂ ਮਿਲਦਾ, ਨਾ ਕਦੇ ਕਿਸੇ ਨੂੰ ਮਿਲਿਆ। ਇਹਦੇ ਵਾਸਤੇ ਬਹੁਤ ਮਿਹਨਤ ਦੀ ਲੋੜ ਹੈ। ਕੰਸਲਟੈਂਟ ਨੇ ਕੀ ਕਰਨਾ, ਚਾਹੇ ਨੀਰਜ ਕੁਮਾਰ ਹੈ ਚਾਹੇ XYZ ਹੈ, ਉਹਨਾਂ ਨੇ ਤਾਂ ਤੁਹਾਡੇ 10ਵੀਂ ਪਾਸ 12ਵੀਂ ਪਾਸ ਸਰਟੀਫਿਕੇਟ ਲੈ ਕੇ, 4-5 ਸਾਲ ਦਾ ਗੈਪ ਹੈ, ਤੁਹਾਡਾ ਵੀਜ਼ਾ ਆ ਸਕਦਾ। I-20 ਮੰਗਾ ਦੇਣੀ ਹੈ ਅਸੀਂ, ਸੈਵੀ ਫੀਸ ਭਰ ਕੇ, ਅੰਬੈਸੀ ਫੀਸ ਭਰ ਕੇ ਤੁਹਾਡਾ ਇੰਟਰਵਿਊ ਕੰਡਕਟ ਕਰ ਦੇਣਾ। ਇਹ ਨਹੀਂ ਪਤਾ ਵੀ ਟੋਟਲ ਜਿਹੜਾ USA ਦਾ ਸਟੱਡੀ ਵੀਜ਼ਾ ਹੈ ਉਹ ਸਾਰਾ ਟੋਟਲੀ ਇੰਟਰਵਿਊ ਬੇਸਡ ਹੈ। ਇੰਟਰਵਿਊ ਦੀ ਤਿਆਰੀ ਤੁਸੀਂ ਕਰਨੀ ਹੈ, ਅਸੀਂ ਕਰਵਾਉਣੀ ਹੈ। ਜਿਹੜੇ ਬੱਚੇ ਇੰਟਰਵਿਊ ਫੇਸ ਕਰ ਸਕਦੇ ਨੇ ਸਟੱਡੀ ਵੀਜ਼ਾ 'ਤੇ, USA ਸਟੱਡੀ ਵੀਜ਼ਾ 'ਤੇ ਜਾਣਾ ਚਾਹੁੰਦੇ ਨੇ, 10ਵੀਂ 12ਵੀਂ ਪਾਸ ਵਿਦਆਊਟ ਆਈਲੈਟਸ ਵੀ ਅਪਲਾਈ ਕੀਤਾ ਜਾ ਸਕਦਾ, ਵੀਜ਼ੇ ਦੀ ਕੋਈ ਗਰੰਟੀ ਨਹੀਂ ਹੈਗੀ। ਤੁਹਾਡਾ ਕਰੀਅਰ ਓਵਰਸੀਜ਼ ਜੇ ਅਪਲਾਈ ਕਰਦੇ ਹੋ ਤੁਹਾਡਾ 60-70 ਹਜ਼ਾਰ ਰੁਪਈਆ ਦਾ ਇੱਕ ਹਿਸਾਬ ਦਾ ਜ਼ਰੂਰ ਲੱਗੇਗਾ, ਜਿਹਦੇ ਵਿੱਚ ਸੈਵੀ ਫੀਸ ਵੀ ਹੈ, I-20 ਚਾਰਜਿਸ ਵੀ ਹੈ, ਆਪਣਾ ਅੰਬੈਸੀ ਫੀਸ ਵੀ ਹੈ, ਕੁਛ ਅਸੀਂ ਚਾਰਜਿਸ ਲੈ ਰਹੇ ਹਾਂ, ਬਾਕੀ ਪੈਸੇ ਵੀਜ਼ੇ ਤੋਂ ਬਾਅਦ ਨੇ। ਜਿਹੜੀ ਇਹਦੀ ਕਾਲਜ ਦੀ ਜਾਂ ਯੂਨੀਵਰਸਿਟੀ ਦੀ ਫੀਸ ਹੈ USA ਦੇ ਵਿੱਚ, ਉਹ ਕਾਲਜ ਦੀ ਇੱਕ ਸਮੈਸਟਰ ਦੀ ਵੀਜ਼ਾ ਤੋਂ ਬਾਅਦ ਜਾਂਦੀ ਹੈ, ਪਹਿਲੇ ਕੋਈ ਫੀਸ USA ਦੀ ਸਟੱਡੀ ਵੀਜ਼ਾ ਦੀ ਨਹੀਂ ਜਾਂਦੀ। ਜਿਹੜੀ ਫੀਸ ਹੈ ਆਫਟਰ ਵੀਜ਼ਾ ਜਾਣੀ, ਜਿਹੜੀ USA ਸਟੂਡੈਂਟ ਵੀਜ਼ਾ ਵਿੱਚ 5-6 ਲੱਖ ਰੁਪਇਆ ਪਰ ਸਮੈਸਟਰ ਜਾਂਦੀ ਹੈ, ਕੋਈ 4 ਲੱਖ ਵੀ ਜਾਂਦੀ ਹੈ। ਬਟ ਅੱਛੇ ਕਾਲਜ ਜਾਂ ਯੂਨੀਵਰਸਿਟੀ ਜੇ ਜਾਣਾ ਹੈ ਜਿਹਨਾਂ ਸਕਸੈਸ ਰੇਟ ਵੀ ਅੱਛਾ ਹੈ, ਉਹਦੇ ਵਾਸਤੇ ਤੁਹਾਨੂੰ ਥੋੜ੍ਹੀ ਜਿਹੀ ਮਿਹਨਤ ਕਰਨੀ ਪਏਗੀ। ਕੀ ਮਿਹਨਤ ਕਰਨੀ ਪਏਗੀ? ਆਪਣੇ ਆਪ ਨੂੰ ਕੌਨਫੀਡੈਂਟ ਕਰਨਾ ਪਏਗਾ, ਇੰਗਲਿਸ਼ ਚੰਗੀ ਕਰਨੀ ਪਏਗੀ, ਔਰ ਦਿੱਲੀ ਅੰਬੈਸੀ ਦੇ ਵਿੱਚ ਤੁਹਾਡਾ ਇੰਟਰਵਿਊ ਆਉਣਾ, ਉਹਦੇ ਵਿੱਚ ਤੁਹਾਨੂੰ ਅੱਖਾਂ ਚੱਖਾਂ ਪਾ ਕੇ ਗੱਲ ਬੰਦੇ ਦੇ ਨਾਲ ਜਿਹੜਾ ਕੌਂਸਲੇਟ ਹੋਏਗਾ ਉਹਦੇ ਨਾਲ ਪ੍ਰੋਪਰ ਉਹਨੂੰ ਜਵਾਬ ਦੇਣਾ ਪਏਗਾ। ਉਹਦੀ ਤਿਆਰੀ ਮੈਂ ਕਰਵਾਵਾਂਗਾ। ਜੇ USA ਸਟੱਡੀ ਵੀਜ਼ਾ ਵਾਸਤੇ ਵਾਕਈ ਹੀ ਵੀਜ਼ਾ ਲੈਣਾ ਚਾਹੁੰਦੇ ਹੋ, ਟੂਰਿਸਟ ਵੀਜ਼ਾ ਵੀ ਲੈਣਾ ਚਾਹੁੰਦੇ ਹੋ, ਤਾਂ ਉਹਦੇ ਵਾਸਤੇ ਬੜੇ ਪੈਰਾਮੀਟਰਸ ਨੇ। ਅੱਜ ਹਰੇਕ ਬੰਦਾ USA ਸਟੱਡੀ ਵੀਜ਼ਾ ਵੇਚ ਰਿਹਾ ਹੈਗਾ ਕਿਉਂਕਿ I-20 ਜਲਦੀ ਆ ਜਾਂਦੀ ਹੈ, ਸੈਵੀ ਫੀਸ ਭਰ ਕੇ ਬੰਦਾ ਲਾ ਸਕਦਾ। ਬਟ ਇਹ ਨਹੀਂ ਪਤਾ 90% ਲੋਕਾਂ ਦਾ ਪੈਸਾ ਅਤੇ ਟਾਈਮ ਖਰਾਬ ਕੀਤਾ ਜਾ ਰਿਹਾ, ਉਹਨਾਂ ਦੇ ਸੁਪਨਿਆਂ ਨਾਲ ਖੇਲਿਆ ਜਾ ਰਿਹਾ, ਔਰ ਵੀਜ਼ਾ ਵੀ ਨਹੀਂ ਦਿੱਤਾ ਜਾ ਰਿਹਾ। ਦੱਸਣ ਵੇਲੇ ਕੁਛ ਹੁੰਦੇ ਹੈ, ਡਿਲੀਵਰ ਕਰਨ ਵੇਲੇ ਕੁਛ ਹੁੰਦੇ ਹੈਗੇ ਆ। ਜੇ ਸਹੀ ਅਤੇ ਸੱਚੀ ਸਲਾਹ ਲੈਣੀ ਹੈ, ਮੇਰਾ ਪ੍ਰੋਗਰਾਮ ਇਹ ਆਏ ਸ਼ਨੀਵਾਰ ਅਤੇ ਐਤਵਾਰ 5:30 ਆਉਂਦਾ, ਪ੍ਰੋਗਰਾਮ ਚੰਗਾ ਲੱਗਦਾ ਹੋਰਾਂ ਨੂੰ ਜ਼ਰੂਰ ਦੱਸੋ, ਨੰਬਰ ਸੇਵ ਕਰਕੇ ਉਹਨਾਂ ਨੂੰ ਹੋਰਾਂ ਨੂੰ ਵੀ ਦਿਓ। ਤੁਹਾਡਾ ਪੈਸਾ ਅਤੇ ਟਾਈਮ ਮੈਂ ਜ਼ਰੂਰ ਬਚਾ ਦਾਂਗਾ ਬੈਠਾ ਬੈਠਾ ਜਿੱਥੇ ਵੀ ਹੋਵਾਂ ਮੈਂ, ਔਰ ਮੇਰੇ ਵਟਸਐਪ 'ਤੇ ਵੀ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ। ਜੀ ਬਿਲਕੁਲ ਦਰਸ਼ਕੋ, ਜੇ ਤੁਹਾਨੂੰ ਕਿਸੇ ਵੀ ਕੰਟਰੀ ਬਾਰੇ ਜਾਣਕਾਰੀ ਚਾਹੀਦੀ ਹੈ, ਉਸ ਲਈ ਤੁਸੀਂ ਕਰੀਅਰ ਓਵਰਸੀਜ਼ ਦੇ ਆਫਿਸ ਦੇ ਵਿੱਚ ਆ ਸਕਦੇ ਹੋ। ਦਰਸ਼ਕੋ, ਅਸੀਂ ਇਸ ਸ਼ੋਅ ਦੇ ਵਿੱਚ ਹਮੇਸ਼ਾ ਤੁਹਾਨੂੰ ਅਵੇਅਰ ਕਰਦੇ ਹਾਂ, ਲੇਕਿਨ ਫੈਸਲਾ ਲੈਣਾ ਉਹ ਤੁਹਾਡੇ ਆਪਣੇ ਹੱਥ ਦੇ ਵਿੱਚ ਆਉਂਦਾ। ਸੋ ਸੋਚੋ, ਸਮਝੋ, ਪਰਖੋ, ਉਸ ਤੋਂ ਬਾਅਦ ਹੀ ਕਿਸੇ ਵੀ ਕੰਸਲਟੈਂਟ ਕੋਲੋਂ ਆਪਣੀ ਫਾਈਲ ਨੂੰ ਪ੍ਰੋਸੈਸ ਕਰਾਵੋ, ਤਾਂ ਕਿ ਤੁਸੀਂ ਬਾਅਦ 'ਚੋਂ ਕਿਸੇ ਨੂੰ ਵੀ ਦੋਸ਼ ਨਾ ਦਿਵੋ। ਸੋ ਇਸੇ ਲਈ ਬਹੁਤ ਜ਼ਰੂਰੀ ਹੈ ਕਿ ਆਪ ਹੋਮਵਰਕ ਕਰਨਾ, ਨੈੱਟ 'ਤੇ ਸਰਚ ਮਾਰਨਾ, ਔਨਲਾਈਨ ਜਾ ਕੇ ਸਰਚ ਕਰਨਾ, ਕਾਲਜ ਯੂਨੀਵਰਸਿਟੀਜ਼ ਬਾਰੇ ਜਾਣਨਾ, ਹਰ ਇੱਕ ਕੰਟਰੀ ਦੇ ਰੂਲਸ ਐਂਡ ਰੈਗੂਲੇਸ਼ਨਸ ਬਾਰੇ ਜਾਣਨਾ, ਤਾਂ ਕਿ ਕਾਸ਼ ਕਹਿਣ ਦਾ ਮੌਕਾ ਜਿਹੜਾ ਤੁਹਾਨੂੰ ਨਾ ਮਿਲੇ ਕਿ ਕਾਸ਼ ਮੈਂ ਪਹਿਲੇ ਆਪ ਦੇਖ ਲਿਆ ਹੁੰਦਾ। ਸੋ ਅੱਜ ਦੇ ਸ਼ੋਅ ਦੇ ਵਿੱਚ ਇੰਨਾ ਹੀ। ਮੈਨੂੰ ਪੂਰੀ ਉਮੀਦ ਹੈ ਕਿ ਇਹ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਨੀਰਜ ਜੀ, ਸ਼ੋਅ 'ਤੇ ਆਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਜੀ। ਦਰਸ਼ਕੋ, ਇਸੇ ਦੇ ਨਾਲ ਮੈਨੂੰ ਯਾਨੀ ਕਿ ਛਵੀ ਨੂੰ ਦੋ ਇਜਾਜ਼ਤ, ਮੁੜ ਕੇ ਹਾਜ਼ਰ ਹੋਵਾਂਗੇ ਸੇਮ ਚੈਨਲ ਸੇਮ ਟਾਈਮ। ਟਿਲ ਦੈਨ ਯੂ ਟੇਕ ਕੇਅਰ, ਬਾਏ ਬਾਏ।